ਕਾਂਸ਼ੀ ਟੀਵੀ ਦੇਖ ਰਹੇ ਮੇਰੇ ਪਿਆਰੇ ਵੀਰੋ, ਮੇਰੀ ਪਿਆਰੀ ਭੈਣੋ, ਮੇਰੇ ਦੋਸਤੋ, ਮੇਰੇ ਵੱਲੋਂ ਭਗਵੰਤ ਸਿੰਘ ਵੱਲੋਂ ਆਪ ਸਭ ਜੀ ਨੂੰ ਜੈ ਗੁਰਦੇਵ, ਜੈ ਭੀਮ, ਜੈ ਇਨਸਾਨ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਭ ਰਾਜ਼ੀ ਖੁਸ਼ੀ ਹੋਵੋਗੇ। ਮੇਰੇ ਵੱਲੋਂ ਆਪ ਸਭ ਜੀ ਦਾ ਕਾਂਸੀ ਟੀਵੀ ਦੇ ਸ਼ੋਅ ਇੰਡੀਆ ਇਲੈਕਸ਼ਨ 2024 ਦੇ ਵਿੱਚ ਸਵਾਗਤ ਹੈ। ਮੇਰਾ ਅੱਜ ਸਾਥ ਦੇਣਗੇ ਮੇਰੇ ਪਿਆਰੇ ਵੀਰ ਜਸਵਿੰਦਰ ਰਤੀਆ ਜੀ, ਭਾਟੀਆ ਸਾਹਿਬ ਜਨਕ ਜੀ, ਇਹ ਸਾਡਾ ਸਾਥ ਦੇਣਗੇ। ਅੱਜ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਇਲੈਕਸ਼ਨਾਂ ਦੇ ਬਾਰੇ ਹੀ ਹੈ ਕਿ ਕੱਲ੍ਹ ਜਿਹੜੀਆਂ ਪੰਜਵੇਂ ਦੌਰ ਦੀਆਂ ਚੋਣਾਂ ਦਾ ਜਿਹੜਾ ਦੌਰ ਆ ਉਹ ਕੱਲ੍ਹ ਖਤਮ ਹੋ ਗਿਆ, ਜਿਸ ਦੀ ਪੋਲਿੰਗ 59.6 ਸਮਥਿੰਗ ਹੋਈ ਆ। ਅਤੇ ਮੇਰੇ ਵਿੱਚੋਂ ਮੇਰੇ ਪਿਆਰੇ ਦੋਸਤ ਸਾਰੇ ਸਮਝਦੇ ਹੋਣਗੇ, ਜਿਹੜੀ ਪੋਲਿੰਗ ਹੈ ਜੋ 59% ਆ, ਤਾਂ ਇਹਦਾ ਮਤਲਬ ਹੈ ਕਿ 100 ਦੇ ਵਿੱਚੋਂ 69 ਲੋਕਾਂ ਨੇ ਵੋਟ ਪਾਈ ਹੈ, ਅਤੇ ਜਿਹੜੇ ਲਗਭਗ ਤੁਸੀਂ ਇਹ ਕਹਿ ਦਿਓ ਵੀ 40% ਲੋਕਾਂ ਨੇ 100 ਦੇ ਵਿੱਚੋਂ ਵੋਟ ਨਹੀਂ ਪਾਈ। ਇਹਦੇ ਨਾਲ ਕੀ ਹੋਇਆ ਕਿ ਜੋ ਤੁਸੀਂ 69% ਹੈ ਜਾਂ 60% ਕਹਿ ਲਓ, ਚਲੋ ਆਪਾਂ ਗੱਲ ਸੌਖੀ ਆ, ਉਹਦੇ ਵਿੱਚੋਂ ਲਗਭਗ 5-6 ਪਾਰਟੀਆਂ ਖੜੀਆਂ ਜਿਹਨਾਂ ਨੂੰ 5-6 ਬੰਦਿਆਂ ਨੂੰ ਜਾਂ ਕਿੰਨਿਆਂ ਨੂੰ ਵੋਟਾਂ ਜਾਣੀਆਂ, ਅਤੇ ਉਹਦੇ ਜੋ ਤੁਸੀਂ ਹਿਸਾਬ ਕੱਢਦੇ ਹੋ ਤਾਂ ਹਿਸਾਬ ਇਹ ਨਿਕਲਦਾ ਕਈ ਵਾਰ ਕਿ ਤੁਹਾਨੂੰ ਉਹ ਲੋਕ ਤੁਹਾਡੇ 'ਤੇ ਰਾਜ ਕਰਦੇ ਆ 17%, 20% ਰੇਂਜ ਦੀ ਕਈ ਵਾਰ ਜਿਹੜੀ ਪਾਰਟੀ ਦੇ ਕੋਲ ਵੋਟਾਂ ਹੁੰਦੀਆਂ ਉਹ ਤੁਹਾਡੇ 'ਤੇ ਰਾਜ ਕਰਦੀਆਂ। ਅਤੇ ਕੀ ਇਹ ਡੈਮੋਕ੍ਰੇਸੀ ਲੋਕਤੰਤਰ ਲਈ ਚੰਗੀ ਗੱਲ ਹੈਗੀ ਆ ਕਿ 100 ਲੋਕਾਂ ਦੇ ਉੱਤੇ ਜਿਹੜੇ 20-17% ਜਾਂ 31% ਰਹਿ ਗਏ ਆ ਉਹ ਰਾਜ ਕਰਨ? ਇਹ ਅਸਲੀਅਤ, ਇਹ ਤੁਹਾਨੂੰ ਸੋਚਣਾ ਪਊਗਾ। ਅਤੇ ਜਿਹੜੀ ਚੋਣਾਂ ਦਾ ਜਿਹੜਾ ਦੌਰ ਹੁਣ 25 ਤਰੀਕ ਨੂੰ ਆਉਣਾ ਆ ਅਤੇ 1-1 ਤਰੀਕ ਨੂੰ ਆਉਣਾ ਆ, ਅਤੇ 7 ਦੌਰ ਪੂਰੇ ਹੋ ਜਾਣੇ ਨੇ। ਇਹ 7 ਦੌਰ ਇੰਨਾ ਲੰਬਾ ਸਮਾਂ ਕਾਹਦੇ ਰੱਖਿਆ ਸਰਕਾਰ ਨੇ, ਇਹ ਤੁਹਾਡੇ ਲਈ ਇੱਕ ਸਵਾਲ ਹੈ ਕਿ ਉਹ ਆਪਣੀਆਂ ਗਿਣਤੀਆਂ ਮਿਣਤੀਆਂ ਕਿਹੜੇ ਹਿਸਾਬ ਨਾਲ ਉਹਨਾਂ ਨੇ ਕੀਤੀ ਹੋਊਗੀ, ਤੁਸੀਂ ਇਹ ਸੋਚੋਗੇ। ਸੋਹਣਾ ਸੋਚਣਾ ਬਣਦਾ, ਚੋਣਾਂ ਹੋ ਸਕਦੀਆਂ ਸੀ, ਅਸੀਂ ਇਹ ਨਹੀਂ ਕਹਿੰਦੇ, ਵੱਧ ਤੋਂ ਵੱਧ 2 ਜਾਂ 3 ਦੌਰ ਵੀ ਹੋ ਸਕਦੇ ਸੀਗੇ, ਪਰ ਆ 7 ਲਟਕਾਉਣੇ, ਕਿਤੇ ਸਟੇਟ ਦੇ ਵਿੱਚ ਅੱਧੀਆਂ ਕਰਾ ਲੈਣੀਆਂ, ਅੱਧੀਆਂ ਰੱਖ ਲੈਣੀਆਂ, ਉਹ ਸਾਰਾ ਕੁਝ ਇੱਕ ਪੋਲੀਟਿਕਸ ਦਾ ਇੱਕ ਹਿੱਸਾ ਰਹਿ ਗਿਆ। ਅਤੇ ਜਿਹੜੇ ਮੁਲਕ ਦੀ ਹਾਲਤ ਇਹ ਹੈ ਕਿ ਦਲ ਬਦਲੂ ਇਸ ਤਰ੍ਹਾਂ, ਸ਼ਾਇਦ ਡੱਡੂ ਵੀ ਝੜਪੇ ਘੱਟ ਮਾਰਦੇ ਹੁਣ, ਪੰਜਾਬੀ ਦਾ ਇੱਕ ਲਫਜ਼ ਡੱਡੂ ਪੰਸੇਰੀ ਤੁਹਾਨੂੰ ਸੁਣਿਆ ਹੋਊਗਾ, ਡੱਡੂ ਪੰਸੇਰੀ ਉਹੀ ਤਾਂ ਹੀ ਕਹਿੰਦੇ ਸੀ, ਡੱਡੂਆਂ ਦੀ ਪੰਸੇਰੀ, 5 ਸੇਰ ਹੁੰਦੇ ਸੀ ਡੱਡੂ, ਅਤੇ ਉਹਨਾਂ ਨੂੰ ਇੱਦਾਂ ਕਿਸੇ ਨੇ ਕੱਪੜੇ ਵਿੱਚ ਬੰਨਿਆ, ਅਤੇ ਕਦੇ ਇੱਕ ਡੱਡੂ ਛਾਲ ਮਾਰ ਜਾਂਦਾ ਸੀ ਅਤੇ ਕਦੇ ਦੂਜਾ ਡੱਡੂ ਛਾਲ ਮਾਰ ਜਾਂਦਾ ਸੀਗਾ, ਉੱਥੋਂ ਡੱਡੂ ਪੰਸੇਰੀ ਕਹਿੰਦੇ ਨੇ। ਸੋ ਇਹ ਡੱਡੂ ਪੰਸੇਰੀ ਬਣੀ ਹੋਈ ਆ, ਅਤੇ ਕੁਛ ਨਹੀਂ ਪਤਾ ਲੱਗਦਾ ਕਿਹੜਾ ਬੰਦਾ ਕਿਹੜੇ ਨਾਲ ਜਾ ਕੇ ਖੜ ਜਾਵੇ। ਮੈਂ ਕਿਸੇ ਇੱਕ ਦਾ ਵੀ ਨਹੀਂ ਕਹਿੰਦਾ, ਵੀ ਕਿਸੇ 'ਤੇ ਵੀ ਭਰੋਸਾ, ਜਿਹੜਾ ਤੁਸੀਂ ਜਾਂ ਕਿਸੇ ਦਾ ਵੀ ਦੇਖ ਲਓ ਜਿਹੜੀਆਂ ਪਾਰਟੀਆਂ ਨੇ, ਅਤੇ ਖਾਸ ਕਰਕੇ ਜਿਹੜੇ ਲੋਕ ਜ਼ਿਆਦਾ ਥੋੜ੍ਹੀ ਜਿਹੀ ਪਰਸੈਂਟ ਗਏ ਨੇ ਉਹ ਭਾਜਪਾ 'ਚ ਲੋਕ ਜ਼ਿਆਦਾ ਗਏ ਨੇ। ਸੋ ਇਹ ਸਾਰਾ ਅੱਜ ਦੀ ਪੋਲੀਟਿਕਸ ਹੈ, ਜਿਹੜੀ ਡੈਮੋਕ੍ਰੇਸੀ ਆ, ਲੋਕਤੰਤਰ ਆ, ਉਹਦਾ ਜਿਹੜਾ ਅਸਲੀ ਰੂਪ ਹੈ, ਜਿਹੜਾ ਉਹਦਾ ਅਸਲੀ ਮਤਲਬ ਹੈ ਲੋਕਾਂ ਦਾ ਰਾਜ ਲੋਕਾਂ ਲਈ, ਉਹ ਕਿਹਦੇ ਪਾਸੇ ਨਹੀਂ ਦਾ, ਇਹਦੇ ਕੀ ਕਾਰਨ ਨੇ, ਕਿਹਨੇ ਨੇ ਇਸ ਮੁਲਕ ਨੂੰ ਸਾਡੇ ਨੂੰ ਇੱਥੇ ਲੈ ਕੇ ਖੜਾ ਕਰ ਦਿੱਤਾ ਕਿ ਪੈਸੇ ਦਾ ਬਣਾ ਦਿੱਤਾ, ਪੈਸੇ ਦੇ ਪੁੱਤ ਬਣਾ ਦਿੱਤੇ ਹਨ, ਖੁਦਗਰਜ਼ੀਆਂ ਬਣ ਗਈਆਂ, ਅਤੇ ਜਿਹੜੇ ਆਪਣੀ ਜ਼ਿੰਮੇਵਾਰੀ ਕੀ ਬਣਦੀ, ਜਿਹੜੇ ਆਪਾਂ ਲੋਕ ਜਿਹੜੇ ਆਮ ਵੋਟਾਂ ਪਾਉਣ ਵਾਲੇ, ਆਪਾਂ ਸਧਾਰਨ ਲੋਕ ਹਾਂ, ਸਾਡੇ ਕੀ ਫਰਜ਼ ਬਣਦੇ ਹਾਂ ਕਿ ਅਸੀਂ ਉਹ ਜਿਹੜੇ ਲੋਕ ਸਾਨੂੰ ਭੁਲੇਖਾ ਪਾਉਂਦੇ ਨੇ, ਤੁਹਾਨੂੰ ਨੌਕਰੀਆਂ ਦੇ ਦੇਵਾਂਗੇ, ਤੁਹਾਨੂੰ ਬੱਚਿਆਂ ਦੇ ਸਕੂਲ ਖੋਲ੍ਹ ਲਵਾਂਗੇ, ਹਸਪਤਾਲ ਖੋਲ੍ਹ ਲਵਾਂਗੇ, ਬਿਜਲੀ ਫ੍ਰੀ ਕਰ ਦਾਂਗੇ, ਉਹ ਸਾਰਾ ਕੁਝ ਜੋ ਕੁਛ ਵੀ ਹੈਗਾ, ਕੀ ਤੁਸੀਂ ਇਸ ਨੂੰ ਇਸ ਤਰ੍ਹਾਂ ਦੇਖਦੇ, ਕਿਸ ਤਰ੍ਹਾਂ, ਕਿਸ ਪਾਸੇ ਲਿਆਉਂਦੇ ਹੋ ਤੁਸੀਂ ਕਿ ਦੇਸ਼ ਇਸ ਤਰ੍ਹਾਂ ਚੱਲਦੇ ਨੇ?
ਆਪਣੇ ਆਪਾਂ ਜਿਹੜੇ ਖਾਸ ਕਰਕੇ ਆਪਾਂ ਯੂਰਪ 'ਚ ਬੈਠੇ ਲੋਕ ਹੈ, ਇੰਗਲੈਂਡ ਵਰਗੇ ਮੁਲਕ ਹੈ, ਅਮੈਰੀਕਾ ਜਾਂ ਬਾਹਰ ਬੈਠੇ ਹਾਂ, ਸਾਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਇਹ ਮੁਲਕ ਕਿਸ ਤਰ੍ਹਾਂ ਚੱਲਦੇ ਆ, ਇੱਥੇ ਡੈਮੋਕ੍ਰੇਸੀ ਹੈਗੀ ਆ। ਮੈਂ ਇਹ ਨਹੀਂ ਕਹਿੰਦਾ ਵੀ 100% ਇੱਥੇ ਵੀ ਡੈਮੋਕ੍ਰੇਸੀ ਇੱਥੇ ਵੀ ਹੈਗੀ, ਇੱਥੇ ਵੀ ਚੱਲਦੀਆਂ, ਪਰ ਫਿਰ ਵੀ ਸਾਡੇ ਨਾਲੋਂ ਬਿਹਤਰ ਨੇ ਇਹ ਮੁਲਕ ਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਬਣਾਇਆ, ਇਹ ਸਾਰਾ ਕੁਝ ਸੋਚਣਾ ਪਊਗਾ। ਸਵਾਲ ਉੱਠਦਾ ਕਿ 84 ਦੀ 60 ਜੋ ਜਿਹੜੀਆਂ ਨਾ ਨੌਕਰੀਆਂ ਨਿਕਲੀਆਂ ਸੀ ਅਸਾਮੀਆਂ, ਜਿਹਦੇ ਲਈ 93,000 ਲੋਕਾਂ ਨੇ ਅਪਲਾਈ ਕੀਤਾ 60 ਨੌਕਰੀਆਂ ਲਈ, ਉਹ ਵੀ 84 ਦੀਆਂ, ਔਰ ਉਹਦੇ ਵਿੱਚ PhD ਵਾਲੇ ਪਤਾ ਕਿੰਨੇ ਸੀ, 3,500 ਦੇ ਕਰੀਬ ਉਹਦੇ ਵਿੱਚ PhD ਕੀਤੀ ਜਿਨ੍ਹਾਂ ਨੇ, ਅੰਡਰ ਗ੍ਰੈਜੂਏਟ 26,000। ਇਸ ਤਰ੍ਹਾਂ ਦੇ ਸਾਡੀ ਮੁਲਕ ਦੀ ਹਾਲਤ ਬਣੀ ਪਈ ਆ, ਅਤੇ ਉਹ ਕੌਣ ਜ਼ਿੰਮੇਵਾਰ ਆ, ਇਹ ਤੁਹਾਡੇ ਸਾਰਿਆਂ ਲਈ ਸਵਾਲ ਆ। ਅਤੇ ਅੱਜ ਜਿਹੜੇ ਮੇਰੇ ਸਾਥ ਦੇ ਰਹੇ ਨੇ ਸਾਥੀ ਜਸਵਿੰਦਰ ਅਤੀਆ ਜੀ, ਅਤੇ ਨਾਲ ਜਨਕ ਭਾਟੀਆ ਜੀ। ਜਨਕ ਭਾਟੀਆ ਜੀ ਇੰਗਲੈਂਡ ਦੇ ਵਿੱਚ ਆਪ ਪਾਰਟੀ ਦੇ ਸਪੋਰਟਰ ਨੇ, ਅਤੇ ਇਹ ਉਹਨਾਂ ਨਾਲ ਜੁੜੇ ਹੋਏ ਨੇ, ਕਲੋਜ਼ ਲਿੰਕ ਨੇ ਇਹਨਾਂ ਦੇ। ਅਤੇ ਅੱਜ ਇੱਕ ਗੱਲ ਜਿਹੜੀ ਸੁਣਨੇ ਦੇ ਵਿੱਚ ਆਈ ਸੀ ਅਖਬਾਰਾਂ 'ਚ ਵਿੱਚ ਆਈ ਆ, ਉਹ ਗੱਲ ਕਿੰਨੀ ਕੁ ਸੱਚੀ ਆ, ਕਿੰਨੀ ਕੁ ਝੂਠੀ ਆ, ਇਹਨਾਂ ਇਸ ਦੇ ਬਾਰੇ ਇਹਨਾਂ ਨੂੰ ਪੁੱਛਾਂਗੇ। ਕਿ ਇਹ ਗੱਲ ਉੱਠੀ ਆ ਕਿ ਕੇਜਰੀਵਾਲ ਜੀ ਕਹਿੰਦੇ ਨੇ ਕਿ ਅਸੀਂ ਜਿੱਤ ਗਏ ਤਾਂ ਪੰਜਾਬ ਦੇ ਵਿੱਚੋਂ ਅਸੀਂ ਜਿਹੜੀ ਰਿਜ਼ਰਵੇਸ਼ਨ ਖਤਮ ਕਰ ਦੇਵਾਂਗੇ, ਜਿਹੜੀ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਉਹਨਾਂ ਦੀ ਮੈਰਿਟ ਦੇ ਹਿਸਾਬ ਨਾਲ, ਉਹਨਾਂ ਦੇ ਗੁਣਾਂ ਦੇ ਹਿਸਾਬ ਨਾਲ, ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਮਿਲਣਗੀਆਂ। ਅਤੇ ਇਹ ਗੱਲ ਕਿੰਨੀ ਸਹੀ ਆ, ਕਿੰਨੀ ਗਲਤ ਆ, ਇਸ ਦੇ ਬਾਰੇ ਪਤਾ ਕਰ ਲੈਂਦੇ, ਕਿਉਂਕਿ ਭਾਜਪਾ ਦਾ ਸ਼੍ਰੇਆਮ ਕਹਿੰਦੇ ਆ, ਉਹ ਤਾਂ ਕਹਿੰਦੇ ਵੀ ਅਸੀਂ ਰਿਜ਼ਰਵੇਸ਼ਨ ਗਲਤ ਆ, ਇਹ ਲੋਕਾਂ ਨਾਲ ਧੱਕਾ। ਸੋ ਭਾਟੀ ਸਾਹਿਬ, ਤੁਸੀਂ ਕਿਸ ਤਰ੍ਹਾਂ ਕੀ ਦੇਖਦੇ ਹੋ ਤੁਸੀਂ, ਕਿ ਇਹ ਗੱਲ ਸੱਚੀ ਆ ਕਿ ਜਾਂ ਦੂਸਰੀ ਪਾਰਟੀਆਂ ਨੇ ਸਿਰਫ ਗੱਲ ਉਛਾਲੀ ਆ? ਭਗਵੰਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ, ਜਿੰਨੇ ਵੀ ਸੁਣ ਰਹੇ ਪ੍ਰੋਗਰਾਮ ਨੂੰ ਦੁਨੀਆਂ ਦੇ ਵਿੱਚ, ਕਾਂਸ਼ੀ TV ਨੂੰ, ਸਾਰਿਆਂ ਨੂੰ ਗੁੱਡ ਈਵਨਿੰਗ ਅਤੇ ਸਤਿ ਸ਼੍ਰੀ ਅਕਾਲ, ਜੈ ਗੁਰਦੇਵ, ਜੈ ਭਾਰਤ। ਦੂਸਰਾ ਜਿਹੜਾ ਤੁਸੀਂ ਸਵਾਲ ਕੀਤਾ, ਇਹ ਬਹੁਤ ਇੱਕ ਹਾਸੋਹੀਣਾ ਸਵਾਲ ਵਾ, ਔਰ ਜਿਹੜੀ ਪਾਰਟੀ ਹਾਲੇ ਹੁਣੇ ਹੁਣੇ ਉੱਠੀ ਹੋਵੇ ਉਹ ਇਸ ਤਰ੍ਹਾਂ ਦੇ ਕੁਐਸਚਨ ਜਾਂ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਉਹ ਨਹੀਂ ਉਠਾ ਸਕਦੀ, ਕਿਉਂਕਿ ਉਹਨਾਂ ਨੇ ਗਾਹਾਂ ਲਈ ਆਪਣਾ ਸਟੈਂਡ ਕਰਨਾ ਹੁੰਦਾ। ਦੂਜੀ ਗੱਲ ਹੈਗੀ ਆ, ਜਿਹੜਾ ਰਿਜ਼ਰਵੇਸ਼ਨ ਜਿਹੜੀ ਹੈਗੀ ਆ, ਇਹ ਡਾਕਟਰ ਅੰਬੇਦਕਰ ਜੀ ਦੀ ਬਹੁਤ ਵਧੀਆ ਇੱਕ ਦੇਣ ਸੀਗੀ, ਬਹੁਤ ਹੀ ਸੋਚ ਸੀਗੀ। ਅਨਫੋਰਚੁਨੇਟਲੀ ਡਾਕਟਰ ਅੰਬੇਦਕਰ ਜੀ ਬਹੁਤਾ ਚਿਰ ਜੀ ਨਹੀਂ ਸਕੇ, ਅਗਰ ਉਹ 10 ਸਾਲ ਜੀ ਜਾਂਦੇ ਤਾਂ ਸ਼ਾਇਦ ਜਿਹੜੀ ਰਿਜ਼ਰਵੇਸ਼ਨ ਆ ਇਹ ਪੱਕੀ ਹੋ ਜਾਂਦੀ, ਅਤੇ ਨਾਲੇ ਇਹਦੇ ਉੱਤੇ ਹੋਰ ਵੀ ਸਟੈਂਪ ਲੱਗ ਜਾਂਦੀ, ਤਾਂ ਕਿ ਪਤਾ ਲੱਗ ਜਾਂਦਾ ਕਿੰਨੇ ਪਰਸੈਂਟ ਲੋਕ ਆ ਜਿਹੜੇ ਰਿਜ਼ਰਵੇਸ਼ਨ ਨੌਕਰੀਆਂ ਲਈਆਂ, ਕਿੰਨਿਆਂ ਨੂੰ ਇਹਦਾ ਫਾਇਦਾ ਹੋਇਆ, ਕਿੰਨੇ ਨਹੀਂ ਹੋਇਆ। ਲੇਕਿਨ ਜਿੰਨੀਆਂ ਵੀ ਮੌਕੇ ਦੀਆਂ ਸਰਕਾਰਾਂ ਆਈਆਂ ਇਹਦੇ ਵਿੱਚ ਕੋਈ ਕੁਤਾਹੀ ਨਹੀਂ, ਉਹਨਾਂ ਨੇ ਇਸ ਨੂੰ ਲਾਗੂ ਕਰਨ ਦੇ ਵਿੱਚ ਬਹੁਤ ਕੁਤਾਹੀ ਕੀਤੀ ਆ। ਉਹ ਕੁਤਾਹੀ ਦਾ ਕਾਰਨ ਹੀ ਇਹੀ ਆ, ਕਿਉਂਕਿ ਜਿਹੜਾ ਬਿਊਰੋਕਰੈਟਿਕ ਪੀਪਲ ਆ ਜਿਹੜਾ ਬੈਠੇ ਹੈਗੇ, ਜਿਨ੍ਹਾਂ ਦਾ ਜ਼ੋਰ ਚੱਲਦਾ ਹੈਗਾ, ਉਹ ਕੀ ਕਰਦੇ ਆ, SC ST ਦੇ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈ ਲੈਂਦੇ ਆ, ਅਤੇ ਨੌਕਰੀਆਂ ਲੈਣ ਤੋਂ ਬਾਅਦ ਜਿਹੜੇ ਜਿਨ੍ਹਾਂ ਨੂੰ ਹੈਗੇ ਜਿਹੜੇ ਜ਼ਰੂਰੀ ਜਿਨ੍ਹਾਂ ਚਾਹੀਦੀ ਉਹ ਵਾਂਝੇ ਰਹਿ ਜਾਂਦੇ ਆ। ਇਸ ਕਰਕੇ ਇਹਦੀਆਂ ਉਦਾਹਰਨਾਂ ਹੁਣ ਆਪਣੇ ਕੋਲ ਆ ਰਹੀਆਂ, ਨਿਕਲੀਆਂ ਵੀ ਹੈਗੀਆਂ, ਅਤੇ ਲੇਕਿਨ ਇਹ ਪਹਿਲਾਂ ਵੀ ਚੱਲਦਾ ਸੀ, ਪਹਿਲਾਂ ਇਹ ਦੱਬੀਆਂ ਰਹਿੰਦੀਆਂ ਸੀ, ਹੁਣ ਇਹ ਨਿਕਲ ਰਹੀਆਂ ਹੈਗੀਆਂ। ਪਰ ਦੁੱਖ ਇਹੀ ਆ ਕਿ ਜਿਹੜਾ ਕੰਸਟੀਟਿਊਸ਼ਨ ਆ, ਇਹ ਡਾਕਟਰ ਅੰਬੇਦਕਰ ਨੇ ਨਾਲ ਬੰਦਿਆਂ ਰਲ ਕੇ ਬਹੁਤ ਵਧੀਆ ਇੱਕ ਇਹ ਗ੍ਰੰਥ ਕਹਿ ਸਕਦੇ, ਇਹਨੂੰ ਅਸੀਂ ਆਪਾਂ ਧਾਰਮਿਕ ਗ੍ਰੰਥ ਵੀ ਕਿਹਾ ਜਾ ਸਕਦਾ, ਇਹਨੂੰ ਇੱਕ ਇਸ ਤਰ੍ਹਾਂ ਦੀ ਕਿਤਾਬ ਵੀ ਕਹਿ ਸਕਦਾ ਬਣਾਈ ਆ, ਜਿਹਨੂੰ ਅਗਰ ਕੋਈ ਨੇਕ ਨੀਤੀ ਨਾਲ ਫੋਲੋ ਕਰਦਾ ਤਾਂ ਸ਼ਾਇਦ ਅੱਜ ਜਿਹੜੀ ਸੋਨੇ ਚਿੜੀਆ ਇੰਡੀਆ ਅੱਗੇ ਨਾਲੋਂ ਵੀ ਜ਼ਿਆਦਾ ਵਧੀਆ ਬਣਦੀ। ਲੇਕਿਨ ਬਹੁਤੇ ਲੋਕ ਇਸ ਚੀਜ਼ ਨੂੰ ਲਾਇਕ ਨਹੀਂ ਕਰਦੇ, ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਭੰਨ ਤੋੜ ਕਰਨ ਦੀ। ਦੂਜੀ ਗੱਲ, ਮੈਂ ਇੱਥੇ ਇਹ ਗੱਲ ਕਲੀਅਰ ਕਰ ਦੇਵਾਂ ਭਗਵੰਤ ਜੀ,
ਇਹ ਜਿਹੜੀ ਰਿਜ਼ਰਵੇਸ਼ਨ ਹੈਗੀ ਆ ਇਹ ਸਿਰਫ ਗਵਰਨਮੈਂਟ ਸਰਵਿਸ ਦੇ ਵਿੱਚ ਹੈਗੀ ਆ, ਗੌਰਮੈਂਟ ਨੌਕਰੀਆਂ ਦੇ ਵਿੱਚ ਹੈਗੀ ਆ, ਨਾ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ। ਗੌਰਮੈਂਟ ਸੈਕਟਰ ਵਿੱਚ ਮਿਲਦੀ ਹੈਗੀ ਆ, ਅਤੇ ਗੌਰਮੈਂਟ ਸੈਕਟਰ ਜਿਹੜਾ ਤੁਸੀਂ ਦੇਖ ਹੀ ਸਕਦੇ ਹਾਂ, ਹਰ ਇੱਕ ਜਿਹੜੀ ਗੌਰਮੈਂਟ ਆਈ ਉਹਨੇ ਕੋਸ਼ਿਸ਼ ਕੀਤੀ ਆ ਹਰ ਇੱਕ ਜਿਹੜਾ ਗੌਰਮੈਂਟ ਦਾ ਅਦਾਰਾ ਉਹਨੂੰ ਵੇਚਣ ਦੀ, ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਰੇਲਵੇ ਲਾ ਲਓ, ਏਅਰ ਇੰਡੀਆ ਲਾ ਲਓ, ਬੈਂਕਿੰਗ ਸਿਸਟਮ ਲਾ ਲਓ, ਅਤੇ ਹੋਰ ਵੀ ਕਈ ਜਿਹੜੇ ਅਦਾਰੇ ਆ ਜਿਹੜੇ ਉਹਨਾਂ ਗੌਰਮੈਂਟ ਨੇ ਵੀ ਪ੍ਰਾਈਵੇਟ ਕਰ ਦਿੱਤੇ। ਪ੍ਰਾਈਵੇਟ ਕਰਨ ਦੇ ਵਿੱਚ ਕੀ ਹੁੰਦਾ, ਜਿਹੜਾ ਪ੍ਰਾਈਵੇਟ ਹੱਥਾਂ 'ਚ ਹੀ ਚੱਲ ਜਾਂਦੀ ਆ, ਉੱਥੇ ਨੌਕਰੀ ਮਿਲਣੀ ਨਾ ਮਿਲਣੀ ਇਹ ਉਹਨਾਂ ਦੇ ਮਾਲਕਾਂ ਦੇ ਹੱਥ 'ਚ ਹੁੰਦੀ ਆ। ਇਸ ਕਰਕੇ ਜਿਹੜੇ ਐੱਸ ਸੀ ਐੱਸ ਟੀ ਲੋਕ ਆ ਉਹ ਵਾਂਝੇ ਰਹੀ ਜਾਂਦੇ ਆ ਔਰ ਉਹਨਾਂ ਨੂੰ ਜਿਹੜਾ ਮੌਕਾ ਨਹੀਂ ਮਿਲ ਰਿਹਾ। ਤਾਂ ਪਰ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਵੀ ਕੇਜਰੀਵਾਲ ਜੀ ਉਹਨਾਂ ਨੇ ਇਹ ਸਵਾਲ ਉਠਾਇਆ ਸੀ, ਪਰ ਮੈਂ ਇਸ ਚੀਜ਼ 'ਤੇ ਯਕੀਨ ਨਹੀਂ ਕਰਦਾ, ਲੇਕਿਨ ਅੱਜ ਮੈਂ ਆਪਣੀ ਪੂਰੀ ਖੋਜ ਕਰਕੇ ਲਿਆਂਦੀ ਆ। ਲੇਕਿਨ ਇਹ ਗੱਲ ਜਿਹੜੀ ਆ ਝੂਠੀ ਛਾਪੀ ਗਈ ਆ, ਕਿਉਂਕਿ ਕੁਛ ਦੂਜੀਆਂ ਪਾਰਟੀਆਂ ਦੇ ਲੋਕ ਇਹ ਗੱਲ ਉਭਾਰਨਾ ਚਾਹੁੰਦੇ ਸੀ ਲੇਕਿਨ ਉਭਾਰ ਨਹੀਂ ਸਕੇ, ਕਿਉਂਕਿ ਜੇ ਇਹ ਗੱਲ ਸੱਚੀ ਹੁੰਦੀ ਤਾਂ ਹੁਣ ਤਾਂ ਬੜਾ ਮੁੱਦਾ ਬਣਿਆ ਹੋਣਾ ਸੀ ਪੰਜਾਬ ਦੇ ਵਿੱਚ, ਕਿਉਂਕਿ ਜਿਹੜੇ ਚਾਰ ਪੰਜ ਚਰਨ ਪਹਿਲਾਂ ਹੋ ਚੁੱਕੇ ਇਲੈਕਸ਼ਨ ਦੇ ਉਹਦੇ ਵਿੱਚ ਇਹ ਵੀ ਗੱਲ ਨਹੀਂ ਨਿਕਲੀ। ਹੁਣ ਕਿਉਂ ਨਿਕਲੀ ਆ, ਹੁਣ ਇਹ ਪੇਪਰ 'ਚ ਕਿਉਂ ਆਈ ਆ, ਇਹ ਬਿਲਕੁਲ ਪੇਪਰ 'ਚ ਨਹੀਂ ਆਈ, ਲੇਕਿਨ ਪੁਰਾਣੀ ਕਟਿੰਗ ਕਿਤੋਂ ਆਈ ਹੈਗੀ ਉਹਦੇ ਵਿੱਚ ਇਹ ਰੌਲਾ ਪਿਆ। ਪਰ ਮੇਰੇ ਹਿਸਾਬ ਨਾਲ ਹਾਲੇ ਇਹ ਇੰਡੀਆ ਦੇ ਪੰਜਾਬ ਦੇ ਵਿੱਚ ਇਹ ਗੱਲ ਨਹੀਂ ਹੋ ਸਕਦੀ, ਨਾ ਹੀ ਕੇਜਰੀਵਾਲ ਇਹ ਗੱਲ ਕਰ ਸਕਦੇ ਆ। ਅਤੇ ਇੰਨਾ ਮੈਂ ਕਹਿੰਦਾ ਹੋਇਆ, ਅਗਰ ਕੋਈ ਹੋਰ ਸਵਾਲ ਹੋਇਆ ਤਾਂ ਮੈਂ ਉਹਦਾ ਜਵਾਬ ਨਾਲ ਦੀ ਨਾਲ ਦਿੰਦਾ ਰਹਾਂ। ਅਤੇ ਆਪਣੇ ਜਸਵਿੰਦਰ ਤੁਹਾਡੇ ਕੋਲ ਬਾਅਦ 'ਚ ਹੁੰਦਾ ਵੀ ਅਗਰ ਜੋ ਕਹਿੰਦੇ ਵੀ ਚਲੋ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਨਹੀਂ ਕੇਜਰੀਵਾਲ ਜੀ ਨੇ ਨਹੀਂ ਕੀਤੀ, ਪਰ ਆਪ ਪਾਰਟੀ ਦਾ ਇੱਕ ਸਟੈਂਡ ਕਲੀਅਰ ਹੋ ਜਾਂਦਾ। ਪਰ ਜਿਹੜੇ ਲੋਕ ਕਈ ਵਾਰ ਜਿਹੜੇ ਰਿਜ਼ਰਵੇਸ਼ਨ ਦੀਆਂ ਗੱਲਾਂ ਕਰਦੇ ਨੇ, ਜਾਂ ਹੁਣ ਚਲੋ ਹਰਜਨ ਦੀ ਗੱਲ ਹੋਈ ਆ, ਕਿ ਜਿਹੜੀ ਰਿਜ਼ਰਵੇਸ਼ਨ ਆ, ਜਿਹੜੇ ਗਟਰ ਸਾਫ਼ ਕਰਨ ਦੀ ਰਿਜ਼ਰਵੇਸ਼ਨ ਆ, ਉਹ ਸਿਰਫ ਅਤੇ ਸਿਰਫ ਕਿਉਂ ਇੱਕ ਜਾਤ ਨੂੰ ਦਿੱਤੀ ਗਈ ਆ? ਕੀ ਉਹ ਜਿਹੜੇ ਰਿਜ਼ਰਵੇਸ਼ਨ ਦੇ ਕਹਿੰਦੇ ਖਤਮ ਹੋਣੀ ਚਾਹੀਦੀ ਆ, ਕੀ ਉਹ ਗਟਰ ਸਾਫ਼ ਕਰਨ ਨੂੰ ਗਟਰਾਂ ਦੇ ਵਿੱਚ ਉਤਰਨ ਨੂੰ ਤਿਆਰ ਹੈਗੇ ਨੇ? ਕੀ ਉਹ ਹੋਰ ਰਿਜ਼ਰਵੇਸ਼ਨ ਵੀ ਤੋੜਨਗੇ? ਉਹ ਲੋਕਾਂ ਦਾ ਗੰਦ ਚੱਕਣ ਦਾ ਜਿਹੜਾ ਕੁਝ ਕੁ ਲੋਕਾਂ ਦੇ ਕੁਝ ਕੁ ਜਾਤਾਂ ਨੂੰ ਜਿਹਨੂੰ ਕਹਿੰਦੇ ਨੇ ਉਹ ਦਿੱਤੀ ਹੋਈ ਆ, ਕੀ ਉਹ ਗੰਦ ਚੱਕਣ ਦੀ ਰਿਜ਼ਰਵੇਸ਼ਨ ਵੀ ਤੋੜਨਗੇ? ਕਿ ਆਪ ਨਾਲ ਹੋ ਕੇ ਕਰਾਉਣਗੇ ਨਾਲ? ਜਿਹੜੇ ਮਜ਼ਦੂਰ ਸਾਰਾ ਦਿਨ ਬੋਰੀਆਂ ਢੋਂਦੇ ਨੇ ਗਰੀਬ ਘਰਾਂ ਦੇ, ਉਹ ਰਿਜ਼ਰਵੇਸ਼ਨ ਹੈ ਕਿ ਉਹ ਲੋਕ ਜਿਹੜੇ ਕਹਿੰਦੇ ਰਿਜ਼ਰਵੇਸ਼ਨ ਟੁੱਟਣੀ ਚਾਹੀਦੀ ਆ, ਅਤੇ ਕੀ ਫਿਰ ਉਹ ਮਾਂ ਦੇ ਪੁੱਤ ਮਾਂ ਦੇ ਲਾਲ ਆਉਣਗੇ ਕਿ ਅਸੀਂ ਬੋਰੀਆਂ ਵੀ ਢੋਣੀਆਂ ਆ? ਕਿ ਰਿਜ਼ਰਵੇਸ਼ਨ ਸਿਰਫ ਇਹੀ ਤੋੜਨੀ ਆ ਕਿ ਵਾਈਸ ਚਾਂਸਲਰ ਸਾਰੇ ਉੱਚੀ ਜਾਤਾਂ ਦੇ ਸਵਰਨ ਜਾਤੀ ਦੇ ਚਾਹੀਦੇ ਨੇ, ਅਤੇ ਜਾਂ ਜਿਹੜੇ ਜੱਜ ਨੇ ਉਹ ਸਾਰੇ ਸਵਰਨ ਜਾਤੀਆਂ 'ਚੋਂ ਚਾਹੀਦੇ ਨੇ, ਅਤੇ ਜਿਹੜੇ ਵੱਡੇ ਵੱਡੇ ਬਿਜ਼ਨਸ ਆ ਉਹ ਸਿਰਫ ਤਾਂ ਸਿਰਫ ਉੱਚੀ ਜਾਤੀਆਂ ਸਵਰਨ ਜਾਤੀਆਂ ਕੋਲ ਚਾਹੀਦੀਆਂ ਨੇ? ਕੀ ਇਹ ਰਿਜ਼ਰਵੇਸ਼ਨ ਤੋੜਨੀ ਆ? ਇਹ ਨਹੀਂ ਤੋੜਨੀ ਸਾਨੂੰ, ਆਪ ਚਾਹੀਦੀ ਆਪਾਂ ਨੂੰ? ਸੋ ਇਹ ਸਾਰਾ ਕੁਛ ਹੈਗਾ, ਅਤੇ ਤੁਸੀਂ ਇਹ ਗੱਲ ਦਾ ਕੱਢ ਕੇ ਲਿਆਂਦਾ, ਇਹਦੇ ਨਾਲ ਗੱਲ ਜੋੜ ਕੇ ਮੇਰਾ ਇਹ ਸੀ ਕਿ ਲੋਕਾਂ ਨੂੰ ਇਹ ਪਤਾ ਲੱਗਣਾ ਕਿ ਰਿਜ਼ਰਵੇਸ਼ਨ ਅੱਜ ਕੀ ਹੈ। ਤੁਸੀਂ ਜਸਵਿੰਦਰ ਜੀ ਕਿਸ ਤਰ੍ਹਾਂ ਸੋਚਦੇ ਹੋ ਇਹਦੇ ਨਾਲ ਗੱਲ? ਹਾਂਜੀ, ਕਾਸ਼ੀ ਟੀਵੀ ਦੇਖਦੇ ਪਹਿਲਾਂ ਦਰਸ਼ਕਾਂ ਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ। ਦੇਖੋ, ਅਸਲ ਵਿੱਚ ਨਾ ਜਦੋਂ ਵੀ ਕਿਤੇ ਰਿਜ਼ਰਵੇਸ਼ਨ ਤੋੜਨ ਦੀ ਗੱਲ ਹੁੰਦੀ ਹੈ ਜਾਂ ਇਹਨੂੰ ਖਤਮ ਕਰਨ ਦੀ ਗੱਲ ਹੁੰਦੀ, ਤਾਂ ਉਦੋਂ ਐਗਜ਼ਾਮਪਲ ਇੱਕ ਦਿੱਤੀ ਜਾਂਦੀ ਹੈ ਕਿ ਵਿਦੇਸ਼ਾਂ ਦੇ ਵਿੱਚ ਰਿਜ਼ਰਵੇਸ਼ਨ ਵਾਲਾ ਕੋਈ ਸਿਸਟਮ ਨਹੀਂ ਹੈਗਾ, ਇਹ ਆਮ ਗੱਲ ਉਠਾਈ ਜਾਂਦੀ ਹੈ, ਕਿਹਾ ਜਾਂਦਾ। ਪਰ ਉਹ ਕਦੇ ਇਸ ਚੀਜ਼ ਨੂੰ ਨਹੀਂ ਦੇਖਦੇ, ਵਿਦੇਸ਼ਾਂ ਦੇ ਵਿੱਚ ਕਦੇ ਜੇ ਰਿਜ਼ਰਵੇਸ਼ਨ ਹੈ ਨਹੀਂ ਤਾਂ ਉੱਥੇ ਪਹਿਲੀ ਗੱਲ ਤਾਂ ਜਾਤੀਵਾਦ ਵੀ ਬਹੁਤ ਘੱਟ ਸੀ। ਨਹੀਂ ਪਰ ਉਹਨਾਂ, ਹਾਂਜੀ ਸੋਰੀ ਮਾਫ ਕਰਨਾ, ਵਿਚਰ ਟੋਕ ਦਾ ਇੱਕ ਜਿਹੜੀ ਵਰਗੀਕਰਨ ਸੀਗਾ ਕਿ ਅਮੀਰ ਗਰੀਬ ਵਾਲਾ ਸੀਗਾ, ਅਤੇ ਦੂਜੀ ਗੱਲ ਕਿ ਉੱਥੇ ਸਾਡਾ ਜਿਹੜਾ ਸ਼ੁਰੂ ਤੋਂ ਸਾਡੀ ਜਿਹੜੀ ਸੰਸਕ੍ਰਿਤੀ ਜਿਹਨੂੰ ਅਸੀਂ ਅੱਜ ਕੱਲ੍ਹ ਸਲਾਹੁੰਦੇ ਨਹੀਂ ਆਪਣਾ ਥੱਕਦੇ ਬਾਹਲੀ ਵਾਰੀ, ਪਰ ਮੈਂ ਉਹਦੇ ਬਹੁਤ ਜਿਹੜੇ ਮਾੜੇ ਪੱਖ ਆ ਜਿਹੜੇ ਸਾਡੇ ਕੋਲ ਰਹੇ ਆ, ਕਿ ਸਾਡੇ ਉੱਥੇ ਜਿਹੜੇ ਕਿੱਤਾ ਵੰਡ ਆ ਉਹ ਜਾਤਾਂ ਦੇ ਆਧਾਰ 'ਤੇ ਕੀਤੀ ਗਈ ਸਾਡੇ, ਉਹ ਜਿਹੜੀ ਹੈ ਕਿ ਉਹਦੇ ਕਾਰਨ ਜਦੋਂ ਇਹ ਆਪਣਾ ਕੰਸਟੀਟਿਊਸ਼ਨ ਬਣਿਆ ਉਦੋਂ ਜਿਹੜੇ ਸਮਝਦਾਰ ਲੋਕ ਸੀ ਉਹਨਾਂ ਨੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਘੋਖਿਆ, ਦੇਖਿਆ ਵੀ ਜੇ ਅਸੀਂ ਅੱਜ ਲੋਕਤੰਤਰ ਦੀ ਗੱਲ ਕਰਨ ਲੱਗੇ ਹਾਂ
ਕਿਉਂਕਿ ਲੋਕਤੰਤਰ ਆ ਜਿਹੜਾ ਕਿਤੇ ਵੀ ਆਪਾਂ ਲਾਗੂ ਕਰਨਾ ਨਾ, ਉਹਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਪਹਿਲਾਂ ਤਾਂ ਕਿ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ, ਉੱਥੋਂ ਦੇ ਲੋਕਾਂ ਦੀਆਂ ਜਿਹੜੀ ਸੋਚ ਕਿੱਦਾਂ ਦੀ ਆ। ਜਦੋਂ ਇਹ ਰਿਜ਼ਰਵੇਸ਼ਨ ਬਣਾਈ ਗਈ, ਜਿਹੜੇ ਬੰਦੇ ਦੇ ਵਿੱਚ ਮੂਹਰੇ ਆਏ ਉਹਨਾਂ ਨੇ ਇਸ ਚੀਜ਼ ਨੂੰ ਪਹਿਲਾਂ ਪੂਰਾ ਘੋਖਿਆ ਕਿ ਸਾਡਾ ਜਿਹੜਾ ਸੱਭਿਆਚਾਰ ਕਿੱਦਾਂ ਦਾ, ਇੱਥੋਂ ਦਾ ਸਾਡੀ ਜਿਹੜੀ ਸੰਸਕ੍ਰਿਤੀ ਕਿੱਦਾਂ ਦੀ ਹੈ, ਇਹਦੇ ਵਿੱਚ ਕਿਹੋ ਜਿਹੀਆਂ ਜਿਹੜੀਆਂ ਘਾਟਾਂ। ਇਸੇ ਕਰਕੇ ਰਿਜ਼ਰਵੇਸ਼ਨ ਰੱਖੀ ਗਈ ਸੀਗੀ ਕਿ ਜਿਹੜੇ ਜਿਹੜੇ ਲੋਕਾਂ ਨੂੰ, ਕਿਉਂਕਿ ਇਹ ਗੋਰਿਆਂ ਨੇ ਵੀ ਜਾ ਕੇ ਉੱਥੇ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ ਇੱਥੇ ਜਿਹੜਾ ਜਾਤੀਵਾਦ ਆ, ਹਾਲਾਂਕਿ ਉਹਨੇ ਇਹਦਾ ਫਾਇਦਾ ਵੀ ਬਹੁਤ ਲਿਆ ਉਹਨਾਂ ਨੇ, ਪਰ ਉਹਨਾਂ ਨੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਦੇਖਿਆ ਵੀ। ਉਹਨਾਂ ਨੇ ਕਈ ਜਗ੍ਹਾ 'ਤੇ ਉਹਨਾਂ ਲੋਕਾਂ ਨੂੰ ਜਿਹੜੇ ਪਿਛੜੇ ਲੋਕ ਵਰਗ ਸੀ ਉਹਨਾਂ ਨੂੰ ਅੱਗੇ ਲਿਆ ਕੇ ਦੂਸਰਿਆਂ ਵਰਗਾਂ ਦੇ ਖਿਲਾਫ਼ ਲੜਾਇਆ ਵੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਉਹਨਾਂ ਦੇ ਵਿੱਚ ਇੱਕ ਹਿੰਮਤ ਵੀ ਭਰੀ ਉਹਨਾਂ ਨੇ ਕਿ ਪਰ ਹੁੰਦਾ ਤਾਂ ਜਿਹੜੇ ਰਾਜਨੀਤਿਕ ਲੋਕ ਆ ਉਹ ਆਪਣੇ ਫਾਇਦਿਆਂ ਲਈ ਬਹੁਤ ਕੁਛ ਕਰਦੇ ਆ। ਪਰ ਜਿਹੜੀ ਗੱਲ ਜਿਹੜੀ ਮੇਨ ਅਸੀਂ ਕਹਿੰਦੇ ਕਿ ਰਿਜ਼ਰਵੇਸ਼ਨ ਕਿਉਂ ਹੋਣੀ ਚਾਹੀਦੀ ਆ, ਕਿਉਂਕਿ ਜਿੰਨਾ ਚਿਰ ਸਾਡੇ ਲੋਕਾਂ ਦੇ ਦਿਮਾਗਾਂ ਦੇ ਵਿੱਚੋਂ ਕੰਮ ਨੂੰ ਕੰਮ ਨਹੀਂ ਸਮਝਿਆ ਜਾਂਦਾ, ਉਨਾ ਚਿਰ, ਪਹਿਲੀ ਗੱਲ ਤਾਂ ਮੈਂ ਇੱਕ ਗੱਲ ਕਹਿੰਦਾ ਕਿ ਸਾਡੇ ਇੰਡੀਆ ਦੇ ਵਿੱਚ ਅਜੇ ਵਰਕ ਕਲਚਰ ਹੀ ਨਹੀਂ ਅਸੀਂ ਪੈਦਾ ਕਰ ਸਕੇਗੇ ਕਿ ਸਾਡੇ ਕੰਮ ਵੀ ਆ ਜਿਹੜੇ ਉਹ ਜਾਤਾਂ ਦੇ ਆਧਾਰ 'ਤੇ, ਕਿ ਜੇ ਕੋਈ ਤਰਖਾਣਾ ਤਾਂ ਉਹ ਤਰਖਾਣੇ ਦਾ ਕੰਮ ਹੀ ਕਰੂਗਾ, ਜੇ ਕੋਈ ਚਮਾਰਾ ਜੁੱਤੀਆਂ ਦਾ ਕੰਮ ਕਰੂ, ਜੇ ਕੋਈ ਜੱਟਾ ਤਾਂ ਉਹ ਖੇਤੀ ਕਰੂ। ਜਦਕਿ ਜੱਟਾਂ ਕੋਲ ਕਈਆਂ ਕੋਲ ਜ਼ਮੀਨ ਵੀ ਨਹੀਂ ਹੁੰਦੀ, ਹੁਣ ਕਈ ਜਿਹੜੇ ਬੱਚੇ ਪੜ੍ਹ ਲਿਖ ਗਏ ਆ ਚਮਾਰਾਂ ਦੇ, ਉਹਨਾਂ ਨੇ ਇਸ ਕਿੱਤੇ ਤੋਂ ਤੌਬਾ ਕਰ ਲਈ ਜਾਂ ਹੋਰ ਪਾਸੇ ਚਲੇ ਗਏ। ਪਰ ਜਿਹੜਾ ਸਾਡਾ ਪਿਛਲਾ ਸੀਗਾ ਨਾ, ਜਿਹੜਾ ਸਿਸਟਮ ਆ, ਉਹ ਹਜੇ ਵੀ ਸਾਡੇ ਦਿਮਾਗਾਂ 'ਚੋਂ ਨਿਕਲਿਆ ਨਹੀਂ ਆ। ਰਿਜ਼ਰਵੇਸ਼ਨ ਦੀ ਲੋੜ ਇਸ ਕਰਕੇ, ਹਾਂ ਰਿਜ਼ਰਵੇਸ਼ਨ ਖਤਮ ਕਰਨੀ ਆ, ਉਸ ਤੋਂ ਪਹਿਲਾਂ ਉਹਦੇ ਲਈ ਗਰਾਊਂਡ ਤਿਆਰ ਕਰੋ ਕਿ ਹਰ ਇੱਕ ਬੱਚੇ ਨੂੰ ਪੜ੍ਹਨ ਦਾ ਪੂਰਾ ਅਧਿਕਾਰ, ਉਹਦੀਆਂ ਸਾਰੀਆਂ ਜਿਵੇਂ ਪਾਲਣ ਪੋਸ਼ਣ ਇੱਥੇ ਹੁੰਦਾ ਉਹਨੂੰ ਬਰਾਬਰ ਮਿਲੇ, ਉਹਦੇ ਕੋਲ ਸਾਰੇ ਤਰ੍ਹਾਂ ਦੇ ਅਵਸਰ ਪ੍ਰਾਪਤ ਹੋਣ, ਫਿਰ ਤੁਸੀਂ ਇਹੋ ਜਿਹੀ ਸੋਚ ਸੋਚ ਸਕਦੇ ਹਾਂ। ਹਜੇ ਉੱਥੇ ਜੇ ਤੁਸੀਂ ਕਹਿੰਦੇ ਰਿਜ਼ਰਵੇਸ਼ਨ ਬੰਦ ਕਰਕੇ ਸੋਚਣਾ ਤਾਂ ਮੇਰੇ ਹਿਸਾਬ ਨਾਲ ਹਜੇ ਬੇਵਕੂਫੀ ਹੋਊਗੀ, ਕਿਉਂਕਿ ਇਹ ਇੱਕ ਕਾਹਲੀ 'ਚ ਲਿਆ ਗਿਆ। ਪਹਿਲਾਂ ਜੇ ਹੁਣ ਕੋਈ ਵੀ ਬੰਦਾ, ਜੇ ਅੱਜ ਆਪਣੇ ਸਾਹਮਣੇ ਕੇਜਰੀਵਾਲ ਜੀ ਦਾ ਬਿਆਨ ਆਇਆ ਜਾਂ ਕਿਸੇ ਦਾ ਵੀ ਆਉਂਦਾ, ਜਿਹੜਾ ਕੋਈ ਬੰਦਾ ਇਸ ਨੂੰ ਬੰਦ ਕਰਨ ਬਾਰੇ ਸੋਚਦਾ, ਮੇਰਾ ਉਹਦੇ ਲਈ ਇੱਕ ਹੀ ਸਵਾਲ ਹੈ ਕਿ ਹਾਂ ਤੂੰ ਇਸ ਤੁਸੀਂ ਇਹਨਾਂ ਕੰਟਰੀਆਂ ਵਰਗੇ ਮਾਹੌਲ ਬਣਾਓ, ਇਹੋ ਜਿਹੀਆਂ ਫੈਸਿਲਿਟੀਜ਼ ਦਿਓ ਲੋਕਾਂ ਨੂੰ, ਫਿਰ ਰਿਜ਼ਰਵੇਸ਼ਨ ਆਪਣੇ ਆਪ ਹੀ ਖਤਮ ਹੋ ਜੂ। ਕਿਉਂਕਿ ਜਦੋਂ ਲੋਕ ਜਾਤਾਂ ਬਾਤਾਂ 'ਚ ਵਿਸ਼ਵਾਸ ਕਰਨ ਹਟ ਜਾਣਗੇ, ਅਸੀਂ ਉਹ ਰਾਜਨੀਤਿਕ ਸਮਾਜੀਕਰਨ ਹਜੇ ਕਰ ਹੀ ਨਹੀਂ ਸਕੇਗੇ, ਕਿ ਜਿਹੜਾ ਰਾਜਨੀਤੀ ਦਾ ਇੱਕ ਸਮਾਜੀਕਰਨ ਦਾ ਕਿ ਸਮਾਜਿਕ ਤੌਰ 'ਤੇ ਲੋਕ ਉਹਨੂੰ ਕਿਵੇਂ ਲੈ ਰਹੇ ਆ। ਅੱਜ ਜੇ ਅਸੀਂ ਦੇਖ ਰਹੇ ਹਾਂ ਤਾਂ ਸਾਡਾ ਐਡਾ ਕੁ, ਅਸੀਂ ਇਹਨੂੰ ਲੋਕਤੰਤਰ ਨਹੀਂ ਕਹਿ ਸਕਦੇ, ਇਹ ਸਾਡੇ ਇੱਕ ਭੀੜ ਦਾ ਤੰਤਰ ਆ, ਭੀੜ ਤੰਤਰ, ਜਿਹੜਾ ਕਿ ਮਾਰਕਸਵਾਦ ਆ ਉਹਨਾਂ ਨੇ ਵੀ ਕਿਹਾ ਲਿਖਿਆ ਕਿ ਇੱਕ ਭੀੜ ਦਾ ਰਾਜ ਆ, ਕਿ ਭੀੜ ਕਿੱਧਰ ਨੂੰ ਜਾ ਰਹੀ ਹੈ। ਹੁਣ ਉਹ ਭੀੜ ਦੇ ਕਦੇ ਸਿਰ ਨਹੀਂ ਹੁੰਦੇ ਵੀ ਅਸੀਂ ਹਮੇਸ਼ਾ ਜਾਣਦੇ ਹਾਂ, ਕਿ ਇੱਕ ਬਿਨਾਂ ਦਿਮਾਗਾਂ ਤੋਂ ਜਿਸ ਤਰ੍ਹਾਂ ਵੋਟਾਂ ਦੀ ਗੱਲ ਹੀ ਕਰਕੇ ਹਟੇ ਕਿ ਕਿੰਨੇ ਪ੍ਰਸੈਂਟ ਵੋਟ ਪਈ ਆ, ਕਿ 40% ਲੋਕ ਆ ਜਿਨ੍ਹਾਂ ਨੇ ਵੋਟ ਹੀ ਨਹੀਂ ਪਾਈ। ਹੋ ਸਕਦਾ ਕਿ ਉਹ ਜਿਹੜੇ ਸਮਝਦਾਰ ਲੋਕ ਆ ਉਹ ਵੋਟ ਪਾਉਣ ਤੋਂ ਉਦਾਸੀਨ ਹੋਣ ਵੀ ਨਹੀਂ ਯਾਰ ਇੱਥੇ ਕੁਛ ਨਹੀਂ ਹੋ ਸਕਦਾ, ਅਤੇ ਫਿਰ ਉਹ ਜਿਹੜੇ ਵੋਟ ਪਾ ਰਹੇ ਆ ਉਹਦੇ ਵਿੱਚ ਕਿੰਨੇ ਪ੍ਰਸੈਂਟ ਸਮਝਦਾਰ ਆ, ਔਰ ਜਿਹੜੇ ਸਿਰਫ 15-18% ਜਾਂ 20% ਵੋਟ ਲੈ ਕੇ ਜਿਹੜੇ ਬੰਦੇ ਬਣ ਰਹੇ ਆ ਉਹ ਕਿੰਨੇ ਕੁ ਸਮਝਦਾਰ ਹੋਣਗੇ। ਉਹਨਾਂ ਤੋਂ ਅਸੀਂ ਕਦੇ ਇੱਦਾਂ ਦੀ ਅਪੇਕਸ਼ਾ ਕਰ ਹੀ ਨਹੀਂ ਸਕਦੇ ਕਿ ਉਹ ਇਹਨਾਂ ਚੀਜ਼ਾਂ ਨੂੰ, ਜਿਹੜੀਆਂ ਸਾਡੇ ਸਮਾਜ ਦੀਆਂ ਵਰਗ ਵੰਡ ਆ ਜਾਂ ਇਹ ਜਾਤੀ ਵੰਡ ਆ, ਇਹਨੂੰ ਚੰਗੀ ਤਰ੍ਹਾਂ ਸਮਝ ਸਕਦੇ ਜਾਂ ਸਮਝ ਲੈਣਗੇ। ਹਾਂਜੀ ਦੋਸਤੋ, ਅਸੀਂ ਗੁਸਤਾਖੀ ਲਈ ਮੈਂ ਮਾਫ਼ੀ ਮੰਗਦਾ ਕਿ ਸਾਨੂੰ ਕਈ ਵਾਰ ਜਾਤਾਂ ਦੇ ਨਾਂ ਲੈਣੇ ਪੈਂਦੇ ਨੇ ਅਤੇ ਕੋਸ਼ਿਸ਼ ਕਰੀਦੀ ਕਿ ਨਾ ਲਈਏ, ਅਤੇ ਗੁਸਤਾਖੀ ਦੇ ਮਾਫ਼ ਆ, ਕਿਸੇ ਨੂੰ ਅਸੀਂ ਹਰਟ ਨਹੀਂ ਕਰਨਾ ਚਾਹੁੰਦਾ, ਦੁੱਖ ਨਹੀਂ ਦੇਣਾ ਚਾਹੁੰਦੇ, ਸੋ ਗੁਸਤਾਖੀ ਲਈ ਮਾਫ਼ ਹੋਈ ਆ। ਅਤੇ ਜਿਹੜੀ ਰਿਜ਼ਰਵੇਸ਼ਨ ਹੈ ਉਹ ਸਿਰਫ ਜਿਹੜੇ ਲੋਕ ਥੱਲੇ ਰਹਿ ਗਏ ਸੀ, ਜਿਨ੍ਹਾਂ ਨੂੰ 3,500 ਸਾਲ ਤੋਂ, 2,000 ਸਾਲ ਤੋਂ, 800 ਸਾਲ ਤੋਂ ਦੱਬ ਕੇ ਰੱਖਿਆ ਗਿਆ, ਉਹਨਾਂ ਉੱਤੇ ਚੱਕਣ ਲਈ, ਜਿਸ ਤਰ੍ਹਾਂ ਕੋਈ ਗਰੀਬ ਇੱਕ ਬਿਮਾਰ ਬੰਦਾ ਹੁੰਦਾ ਜਾਂ ਕਿ ਥੱਲੇ ਬੱਚਾ, ਉਸ ਕਿਸੇ ਨੂੰ ਸਪੈਸ਼ਲ ਇੱਕ ਖਾਸ ਲੋੜ ਹੁੰਦੀ ਆ, ਉਹ ਹਿਸਾਬ ਨਾਲ ਇਹ ਡਾਕਟਰ ਅੰਬੇਦਕਰ ਜੀ ਸਾਨੂੰ ਦਿੱਤੀ, ਜਿਹੜੇ ਲੋਕ ਪਿਛਲੇ 3,000 ਸਾਲ ਤੋਂ, 3,500 ਕਹਿੰਦੇ ਨੇ ਕਿ ਉਹ ਸਿਰਫ ਅਤੇ ਸਿਰਫ ਲੋਕਾਂ ਦਾ ਗੂੰਹ ਮੂੰਹ ਸਾਫ਼ ਕਰਦੇ ਆ ਰਹੇ ਸੀ, ਗੋਹਾ ਕੂੜਾ ਕਰਦੇ ਆ ਰਹੇ ਸੀ, ਉਹਨਾਂ ਨੂੰ ਉੱਤੇ ਚੱਕਣ ਲਈ ਉਹਨਾਂ ਨੂੰ ਸਪੈਸ਼ਲ ਜ਼ਰੂਰਤ ਸੀ। ਹਾਂਜੀ ਕਾਂਸੀ ਟੀਵੀ 'ਤੇ ਆਪਦਾ ਸਵਾਗਤ ਹੈ ਜੀ। ਹੈਲੋ ਜੀ, ਮੈਂ ਮੁਹੰਮਦ ਬੋਲ ਰਿਹਾ ਸਰ। ਆਓ ਜੀ ਆਇਆਂ ਨੂੰ ਮਹਾਰਾਜ, ਕੀ ਹਾਲ ਚਾਲ ਨੇ? ਕੀ ਨਾ ਬੋਲੇ,
ਮੁਹੰਮਦ ਜੀ ਮੁਹੰਮਦ ਹਾਂਜੀ ਮੁਹੰਮਦ ਮੈਂ ਪਹਿਲਾਂ ਹੀ ਇੱਕ ਦਫਾ ਤੁਹਾਡੇ ਪ੍ਰੋਗਰਾਮ ਚ ਜਿਹੜਾ ਇੰਡੀਆ ਚ ਇਲੈਕਸ਼ਨ ਹੋ ਰਿਹਾ ਉਹਦੇ ਚ ਹਿੱਸਾ ਲਿਆ ਸੀ। ਹਾਂਜੀ ਮੈਂ ਇੱਕ ਤਰ੍ਹਾਂ ਗੱਲ ਦੀ ਵਜ਼ਾਹਤ ਕਰਨਾ ਚਾਹੁੰਦਾ, ਹੋ ਸਕਦਾ ਮੈਂ ਪਹਿਲੇ ਪ੍ਰੋਗਰਾਮ ਚ ਪੂਰੀ ਤਰ੍ਹਾਂ ਮੈਂ ਐਕਸਪਲੇਨ ਨਾ ਕੀਤੀ ਹੋਵੇ। ਹਾਂਜੀ ਤੁਸੀਂ ਹੁਣ ਦੇਖੋ ਬ੍ਰਿਟੇਨ ਜਿਹੜਾ ਇੱਥੇ ਵੀ ਡੈਮੋਕ੍ਰੇਸੀ ਹੈ ਤੇ ਇਸ ਸਾਲ ਕਹਿੰਦੇ ਨੇ ਇੱਥੇ ਵੀ ਸ਼ਾਇਦ ਇਲੈਕਸ਼ਨ ਹੋਣ, ਔਰ ਇੰਡੀਆ ਕਹਿੰਦੇ ਨੇ ਸਭ ਤੋਂ ਵੱਡੀ ਡੈਮੋਕ੍ਰੇਟਿਕ ਕੰਟਰੀ ਹੈ, ਲੇਕਿਨ ਮੈਂ ਸਮਝਦਾ ਕਿ ਬ੍ਰਿਟੇਨ ਵਿੱਚ ਬਰਤਾਨੀਆ ਵਿੱਚ ਡੈਮੋਕ੍ਰੇਸੀ ਇਜ਼ ਮੋਰ ਇਸਟੈਬਲਿਸ਼ਡ ਦੈਨ ਇੰਡੀਆ ਔਰ ਐਨੀਵੇਅਰ ਐਲਸ। ਹੁਣ ਤੁਹਾਨੂੰ ਮੈਂ ਇੱਕ ਮਿਸਾਲ ਦੇਣਾ, ਹੁਣ ਕਹਿੰਦੇ ਨੇ ਹੁਣ ਬ੍ਰਿਟੇਨ ਜਿਹੜਾ ਹੈ ਇੱਕ ਬੇਸਿਕਲੀ ਕ੍ਰਿਸਚਨ ਕੰਟਰੀ ਹੈ, ਕਿੰਗ ਚਾਰਲਸ ਜਿਹੜਾ ਡਿਫੈਂਡਰ ਆਫ ਦੀ ਫੇਥ ਕਹਿੰਦੇ ਨੇ ਉਹਨੂੰ ਮਤਲਬ, ਲੇਕਿਨ ਐਵੇਂ ਕਿ ਇੱਥੇ ਤੁਸੀਂ ਦੇਖੋ ਇੱਕ ਮੈਂ ਕਿਸੇ ਪ੍ਰੋਗਰਾਮ ਦੇਖ ਰਿਹਾ ਸੁਣ ਰਿਹਾ ਸਾਂ ਕਿ ਸਿਰਫ 46% ਜਿਹੜੇ ਲੋਕ ਨੇ ਇੱਥੋਂ ਦੇ ਉਹ ਕ੍ਰਿਸਚਨ ਨੇ, ਲੇਕਿਨ ਇੱਥੇ ਹਰ ਕਿਸਮ ਦੀ ਮਤਲਬ ਆਜ਼ਾਦੀ ਹੈ, ਹਰ ਕਿਸਮ ਦੇ ਮਤਲਬ ਹਰ ਮਤਲਬ ਦੇ ਆਪਣੇ ਗੁਰਦੁਆਰੇ ਚਰਚ ਮਸਜਿਦਾਂ ਮੰਦਰ ਵਗੈਰਾ ਹਰ ਜਗ੍ਹਾ ਮਿਲਣਗੇ। ਲੇਕਿਨ ਐਵੇਂ ਕਿ ਇੱਥੇ ਹੁਣ ਤੁਸੀਂ ਮੈਂ ਸਮਝਦਾ ਅਗਰ ਇੰਡੀਆ 'ਚ ਵੀ ਇਸ ਤਰ੍ਹਾਂ ਨਾ ਸਿਰਫ ਮੁਸਲਮਾਨਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਬਲਕਿ ਮੈਂ ਸਮਝਦਾ ਕਿ ਈਸਾਈਆਂ ਨਾਲ ਵੀ ਹੋ ਰਹੀ ਹੈ। ਮੈਂ ਖਬਰਾਂ 'ਚ ਸੁਣਿਆ ਸੀ ਕਿ ਕੇਰਲਾ ਦੇ ਦੂਸਰੀ ਸਟੇਟ 'ਚ ਕਈ ਚਰਚ ਦੇ ਜਿਹੜੇ ਨੇ ਮਸੀਹ ਇਬਾਦਤਗਾਹ ਨੂੰ ਚਲਾਇਆ ਗਿਆ, ਅਤੇ ਇਹ ਮਤਲਬ ਇਟਸ ਨੋਟ ਫੇਅਰ ਹੈ। ਅਗਰ ਇਹ ਮੌਜੂਦਾ ਹਕੂਮਤ ਇਸ ਤਰ੍ਹਾਂ ਕਾਇਮ ਰਹੀ ਔਰ ਮਤਲਬ ਅਗਰ ਇਲੈਕਸ਼ਨ ਜਿੱਤ ਗਈ ਤਾਂ ਨਾ ਸਿਰਫ ਮੁਸਲਮਾਨਾਂ ਨਾਲ ਬਲਕਿ ਈਸਾਈਆਂ ਨਾਲ ਵੀ ਜਿਹੜਾ ਹੈ ਉਹ ਡਿਸਕ੍ਰਿਮੀਨੇਸ਼ਨ 'ਚ ਇਜ਼ਾਫਾ ਹੋਏਗਾ, ਕਿਉਂਕਿ ਈਸਾਈ ਵੀ ਜਿਹੜੇ ਨੇ ਉਹ ਵੀ ਇੰਡੀਆ 'ਚ ਬੜੇ ਗੈਰ ਮਹਿਫੂਜ ਆਪਣੇ ਆਪ ਨੂੰ ਸਮਝਦੇ ਨੇ, ਔਰ ਉਹ ਕਹਿੰਦੇ ਨੇ ਸਾਡੇ ਨਾਲ ਵੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਅਤੇ ਮਤਲਬ ਇਹ ਹਰ ਇੱਕ ਮਜ਼ਹਬ ਦਾ ਇਹਤਰਾਮ ਕਰਨਾ ਚਾਹੀਦਾ, ਕੋਈ ਵੀ ਮਜ਼ਹਬ ਹੋਵੇ, ਈਸਾਈ ਹੋਵੇ, ਇਸਲਾਮ ਹੋਵੇ, ਜਾਂ ਕਿਸੇ ਦਾ ਵੀ ਕੋਈ ਤੁਸੀਂ ਮਜ਼ਹਬ ਮੰਨਣ ਵਾਲੇ ਹੋ। ਲੇਕਿਨ ਇੰਡੀਆ 'ਚ ਇਸ ਤਰ੍ਹਾਂ ਨਹੀਂ ਹੈਗਾ, ਹਾਲਾਂਕਿ ਉਹ ਕਹਿੰਦੇ ਜੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਲੇਕਿਨ ਉੱਥੇ ਮਤਲਬ ਸਭ ਨਾਲ ਬਰਾਬਰ ਸਲੂਕ ਨਹੀਂ ਹੁੰਦਾ। ਥੈਂਕ ਯੂ ਮੁਹੰਮਦ, ਥੈਂਕ ਯੂ ਬਹੁਤ ਥੈਂਕ ਯੂ। ਨਾਲ ਦੋਸਤੋ ਇੱਕ ਹੈ ਵੀ ਇੱਕ ਗੱਲ ਆਪਣੇ ਜਸਵਿੰਦਰ ਜੀ ਇੱਕ ਗੱਲ ਸੀ ਕਲੀਅਰ ਕਰਦੀ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਰਿਜ਼ਰਵੇਸ਼ਨ ਹੈ, ਇੱਥੇ ਵੀ ਲੋਕਾਂ ਨੂੰ ਜਿਹੜੇ ਸਾਡੇ ਲੋਕ ਜਿਹਨਾਂ ਨੂੰ ਅਸੀਂ ਇਹਨਾਂ ਦੇ ਹਿਸਾਬ ਨਾਲ ਜਿਹੜੇ ਲੋਕ ਕਾਲੇ ਨੇ ਜਿਹਨਾਂ 'ਚ ਅਸੀਂ ਵੀ ਆਉਂਦੇ ਹਾਂ, ਉਹਨਾਂ ਨੂੰ ਉਹਨਾਂ ਦੇ ਕਈ ਗਰੁੱਪ ਨੇ ਮਾਇਨੋਰਟੀ ਗਰੁੱਪਸ ਨੇ ਉਹਨਾਂ ਦੇ ਵਿੱਚ ਉਹੀ ਲੋਕ ਜਾ ਸਕਦੇ ਨੇ ਜਿਹੜੇ ਉਹ ਨੇ। ਸੋ ਇਹ ਗੱਲ ਇੱਥੇ ਨਹੀਂ ਹੈਗੀ ਵੀ ਇੱਥੇ ਵੀ ਹੈ ਕਿ ਸਪੈਸ਼ਲ ਗਰੁੱਪਾਂ ਲਈ ਸਪੈਸ਼ਲ ਲੋਕਾਂ ਦੇ ਲਈ ਸਪੈਸ਼ਲ ਹੈਗੇ ਨੇ। ਅਤੇ ਜਿਹੜੀ ਗੱਲ ਹੈ ਹੁਣ ਆਪਾਂ ਇਹ ਹੈਗੀ ਜਸਵਿੰਦਰ ਜੀ ਵੀ 1 ਤਰੀਕ ਨੂੰ ਅਤੇ 1 ਜੂਨ ਨੂੰ 13 MPs ਦੇ ਜਿਹੜੀਆਂ ਪੰਜਾਬ ਦੇ 13 MP ਨੇ ਜਿਹਨਾਂ ਨੇ ਪਾਰਲੀਮੈਂਟ ਜਾਣਾ ਆ, ਅਤੇ ਉਹਦੇ ਲਈ ਲਗਭਗ ਕਹਿੰਦੇ ਆ ਕਿ 328 ਜਿਹੜੇ ਨੇ ਉਮੀਦਵਾਰ ਖੜ੍ਹੇ ਨੇ, ਅਤੇ ਉਹਨਾਂ ਦੇ ਵਿੱਚੋਂ 169 ਕਹਿੰਦੇ ਉਮੀਦਵਾਰ ਆਜ਼ਾਦ ਨੇ। ਅਤੇ ਇਹਦੇ ਨਾਲ ਕੀ ਇਸ ਤੋਂ ਇਹ ਅੰਦਾਜ਼ਾ ਲੱਗਦਾ ਕਿ ਲੋਕਾਂ ਦਾ ਪੋਲੀਟਿਕਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਵੱਧ ਗਿਆ ਕਿਤੇ, ਜਾਂ ਉਹ ਲੋਕਾਂ ਲਈ ਇੱਕ ਹਾਸੋਹੀਣੀ ਗੱਲ ਬਣ ਗਈ ਆ ਕਿ ਜਾਂ ਆਪਣਾ ਨਾਂ ਚਮਕਾਉਣ ਲਈ ਜਾਂ ਕੀ ਆ, ਕਿਸ ਤਰ੍ਹਾਂ ਆਪਾਂ ਇਹਨੂੰ ਦੇਖ ਸਕਦੇ ਹਾਂ ਕਿ ਜਿੱਥੇ ਜੇ 13 ਬੰਦਿਆਂ ਦੀ ਚੋਣਾਂ ਹੋਣੀਆਂ, 13 ਬੰਦਿਆਂ ਦੇ MP ਬਣਨੇ ਜਾਂ ਬਣਨੇ ਨੇ, ਪਰ ਬੰਦਿਆਂ ਨੇ 300 ਤੋਂ ਉੱਤੇ ਨੇ ਅਪਲਾਈ ਕੀਤਾ ਹੋਇਆ। ਜੀ ਵੈਸੇ ਤਾਂ ਇੱਕ ਗੱਲੋਂ ਚੰਗਾ ਵੀ ਮੰਨ ਸਕਦੇ ਹਾਂ ਅਸੀਂ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਆ, ਪਰ ਅਸੀਂ ਇਹਨੂੰ ਇਸ ਤਰ੍ਹਾਂ ਦੀ ਕੋਈ ਅਵੇਅਰਨੈਸ ਨਹੀਂ ਕਹਿ ਸਕਦੇ ਕਿ ਵੀ ਜਿਹੜੀ ਕਿ ਬਹੁਤ ਹਾਈ ਲੈਵਲ ਦੀ ਆ।
ਵੋਟਰ ਲਿਆ। ਹਾਂਜੀ ਕਾਂਸ਼ੀ ਟੀਵੀ ਦਾ ਸਵਾਗਤ ਹੈ ਜੀ ਆਪਦਾ। ਜਗਦੇਵ ਜੀ, ਜਗਦੇਵ ਧੰਨਵਾਦ ਮਹਾਰਾਜ ਜੀ। ਸ਼ੁਭ ਨਾਮ ਆਪ ਜੀ ਦਾ? ਬੰਸ ਜੀ ਆਇਆਂ ਨੂੰ ਮਹਾਰਾਜ, ਕੀ ਹਾਲ ਚਾਲ? ਠੀਕ ਠਾਕ ਹੋ? ਹਾਂ ਮਿਹਰਬਾਨੀ। ਹਾਂਜੀ ਤੁਹਾਨੂੰ ਤਿੰਨਾਂ ਭਰਾਵਾਂ ਨੂੰ ਜਗਦੇਵ 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 ਜੀ। ਮੇਰਾ ਖਿਆਲ ਤੁਸੀਂ ਰਿਜ਼ਰਵੇਸ਼ਨ ਦੇ ਡਿਸਕਸ਼ਨ ਨਹੀਂ ਰਿਜ਼ਰਵੇਸ਼ਨ ਤੇ ਨਹੀਂ, ਉਦਾਂ ਉਹਦਾ ਗੱਲ ਛੋਟਾ ਪਾਰਟ ਹੈ, ਮੇਨ ਤਾਂ ਇਲੈਕਸ਼ਨ ਦਾ ਹੀ ਹੈ। ਆਈ ਅੰਡਰਸਟੈਂਡ ਦੈਟ। ਹਾਂਜੀ ਪਰ ਜ਼ਿਆਦਾ ਜਿਹੜਾ ਵਿਊ ਪੁਆਇੰਟ ਆਇਆ ਉਹ ਰਿਜ਼ਰਵੇਸ਼ਨ ਤੇ ਡਿਸਕਸ਼ਨ ਸੋ ਫਾਰ ਆਈ ਹੈ। ਹਾਂਜੀ ਪਰ ਜੀ ਦੋ ਵਿਊ ਪੁਆਇੰਟ ਆਏ ਆ। ਹਾਂਜੀ ਇੱਕ ਮੇਰੇ ਖਿਆਲ ਜਸਮਿੰਦਰ ਜੀ ਉਹਨਾਂ ਦਾ ਨਾਂ ਉਹਨਾਂ ਨੇ ਦਿੱਤਾ। ਹਾਂਜੀ ਜਿਹੜਾ ਕਿ ਜਾਤ ਪਾਤ ਦੇ ਅਧਾਰਤ ਆ ਜਾਂ ਅਨਪੜ੍ਹਤਾ ਦੇ ਅਧਾਰਤ ਆ ਜਾਂ ਗਰੀਬੀ ਦੇ ਅਧਾਰਤ ਆ, ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਮੇਨਟੇਨ ਹੋਣੀ ਚਾਹੀਦੀ ਹੈ। ਦੂਸਰੇ ਪਾਸੇ ਭਾਈ ਸਾਹਿਬ ਜਿਹੜੇ ਬੈਠੇ ਆ ਭਾਟੀਆ ਸਾਹਿਬ, ਹਾਂਜੀ ਜਨਕ ਭਾਟੀਆ ਜੀ, ਹਾਂਜੀ ਉਹਨਾਂ ਨੇ ਕਿਹਾ ਕਿ ਰੈਜ਼ਰਵੇਸ਼ਨ ਜਿਹੜੀ ਹੈਗੀ ਆ ਸੋ ਫਾਰ ਕਿਸੇ ਵੀ ਪਾਰਟੀ ਨੇ ਪਾਵਰਫੁਲ ਤਰੀਕੇ ਨਾਲ ਉਹਨੂੰ ਮੇਨਟੇਨ ਕਰਨ ਦੀ ਸਿਫਾਰਿਸ਼ ਨਹੀਂ ਕੀਤੀ। ਔਰ ਜਿਹੜਾ ਵਿਊ ਪੁਆਇੰਟ ਉਹਨਾਂ ਨੇ ਦਿੱਤਾ ਆ ਕਿ ਜਿਹੜੀਆਂ ਰੈਜ਼ਰਵੇਸ਼ਨ ਬਿਊਰੋਕਰੇਸੀ 'ਚ ਹੈਗੀ ਆ ਉਹਨਾਂ ਨੇ ਦੂਸਰਿਆਂ ਨੇ ਜਿਹੜੇ ਪ੍ਰਾਈਵੇਟ ਸੈਕਟਰ ਉਹ 'ਚ ਰੈਜ਼ਰਵੇਸ਼ਨ ਨਹੀਂ ਹੈ, ਔਰ ਮੋਸਟਲੀ ਜਿਹੜੀ ਗਵਰਨਮੈਂਟ ਹੈ ਉਹ ਜਿਹੜੇ ਗਵਰਨਮੈਂਟ ਦੇ ਅਦਾਰੇ ਤਾਂ ਉਹਨਾਂ ਨੂੰ ਵੀ ਪ੍ਰਾਈਵੇਟਾਈਜ਼ ਕਰ ਰਹੀ ਆ। ਇਹ ਗੱਲ ਸੱਚੀ ਆ ਜਿਹੜੀ ਕਿ ਹੋ ਰਹੀ ਆ ਵਿੱਚ। ਆਈ ਅੰਡਰਸਟੈਂਡ ਦੈਟ ਕਿਉਂਕਿ ਮੈਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਗਿਆਨ ਹੈਗਾ। ਅਤੇ ਕੀ ਵਜ੍ਹਾ ਕਿ ਅਸੀਂ ਹਾਲੇ ਵੀ ਇਹੀ ਕਹਿ ਰਹੇ ਹਾਂ ਜਦ ਉਹਨਾਂ ਕੋਲ ਰਾਹ ਹੈਗਾ ਕਿ ਜਿਸ ਚੀਜ਼ ਨੂੰ ਚਾਹੁਣ ਪ੍ਰਾਈਵੇਟਾਈਜ਼ ਕਰਕੇ ਉਹ ਰੈਜ਼ਰਵੇਸ਼ਨ ਨੂੰ ਖੋੜਾ ਲਾ ਸਕਦੇ ਆ, ਅਤੇ ਸਾਨੂੰ ਕੀ ਕਰਨਾ ਚਾਹੀਦਾ ਆ ਕਿ ਅਸੀਂ ਜਿਹੜੀ ਸਾਡੀ ਗਰੀਬੀ ਆ ਜਾਂ ਸਾਡੀ ਮਾਲੀ ਹਾਲਤ ਕਮਜ਼ੋਰ ਆ ਉਹਨੂੰ ਅਸੀਂ ਕਿੱਦਾਂ ਭਾਰੀਏ? ਸਾਡੀ ਡਿਸਕਸ਼ਨ ਉਹਦੇ 'ਤੇ ਹੋਣੀ ਚਾਹੀਦੀ ਆ, ਵਟ ਵੀ ਕੈਨ ਡੂ ਟੂ ਇੰਪਰੂਵ ਦ ਲੋਟ ਆਫ ਦ ਪੀਪਲ ਥਰੂ ਐਜੂਕੇਸ਼ਨ ਐਂਡ ਥਰੂ ਇਨਕਮ। ਲੇਕਿਨ ਇਹ ਜਿਹੜਾ ਕੋਈ ਸੁਝਾਅ ਹਜੇ ਤੱਕ ਕਿਸੇ ਨੇ ਦਿੱਤਾ ਨਹੀਂ ਮੇਰੇ ਹਿਸਾਬ ਨਾਲ, ਕਿਉਂਕਿ ਪ੍ਰੋਬਲਮ ਜਿਹੜੀ ਹੈ ਪਾਵਰਟੀ ਦੀ ਹੈ, ਪਾਵਰ ਜਿਹੜੀ ਹੈ ਅਨਪੜ੍ਹਤਾ ਦੀ ਹੈ, ਪ੍ਰੋਬਲਮ ਜਿਹੜੀ ਹੈਗੀ ਆ ਸੋਸ਼ਲ ਸਟੇਟਸ ਨੂੰ ਮੇਨਟੇਨ ਕਰਦੀ ਆ, ਔਰ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈਗੀ ਆ ਪਾਪੂਲੇਸ਼ਨ ਉਹ ਜਾਤ ਪਾਤ ਹੈ। ਇਸ ਕਰਕੇ ਇਹ ਜਿਹੜੀ ਡਿਸਕਸ਼ਨ ਹੈ ਬਹੁਤ ਗੰਭੀਰਤਾ ਦੇ ਨਾਲ ਲੈਣੀ ਚਾਹੀਦੀ ਹੈ, ਕਿਉਂਕਿ ਹਾਊ ਆਰ ਵੀ ਗੋਇੰਗ ਟੂ ਇੰਪਰੂਵ ਦ ਲੋਟ ਆਫ ਦ ਪੂਅਰ ਪੀਪਲ। ਹਾਂਜੀ ਮੈਂ ਤਾਂ ਇੱਕੋ ਗੱਲ ਕਹੂੰਗਾ, ਤੁਹਾਨੂੰ ਜਵਾਬ ਦਊਂਗਾ ਕਿ ਜਿਹੜੀ ਪੀਪਲਸ ਓਨਰਸ਼ਿਪ ਹੋਣੀ ਚਾਹੀਦੀ ਹੈ ਹਰੇਕ ਚੀਜ਼ ਦੀ, ਸਾਰੀ ਪ੍ਰੋਪਰਟੀ ਦੀ, ਸਾਰੀ ਇੰਡਸਟਰੀ ਦੀ, ਹਰੇਕ ਚੀਜ਼ ਦੀ ਜਿਹੜੀ ਪੀਪਲਸ ਲੋਕਾਂ ਦੀ ਓਨਰਸ਼ਿਪ ਹੋਣੀ ਚਾਹੀਦੀ ਆ, ਫਿਰ ਲੋਕਾਂ ਨੂੰ ਸਾਰਿਆਂ ਨੂੰ ਇਹ ਕੰਮ ਮਿਲਣਗੇ। ਜਿਹੜੀ ਤੁਸੀਂ ਗੱਲ ਕਰ ਰਹੇ ਨਾ ਓਨਰਸ਼ਿਪ ਦੀ, ਹਾਂਜੀ ਇਹ ਸਾਇੰਟਿਫਿਕ ਵਿਊ ਆ। ਹਾਂਜੀ ਇਹ ਹਿੰਦੁਸਤਾਨ 'ਚ ਨਹੀਂ ਹੋਣਾ, ਥਰੂ ਜੇ ਹੋਣਾ ਹੁੰਦਾ ਤੇ 75 ਸਾਲ ਹੋ ਜਾਣਾ ਸੀਗਾ। ਇਟਸ ਨਾਟ ਗੋਇੰ ਟੂ ਹੈਪਨ ਬਿਕੋਜ਼ ਦੀ ਹੋਲ ਪੋਲਿਟਿਕਸ ਇਜ਼ ਬੇਸਡ ਔਨ ਰਿਲੀਜਨ ਐਂਡ ਜਾਤ ਪਾਤ। ਇਸ ਕਰਕੇ ਇਹ ਤਾਂ ਤੁਸੀਂ ਭੁੱਲ ਜਾਓ ਕਿ ਇਹ ਚੀਜ਼ ਹੋ ਜਾਊਗੀ। ਸਾਨੂੰ ਇਹ ਪ੍ਰੈਕਟੀਕਲੀ ਦੇਖਣਾ ਪਏਗਾ ਕਿ ਸਾਡੇ ਲੋਕ ਜਿਹੜੇ ਗਰੀਬ ਆ ਉਹ ਕੀ ਕਰਨ ਆਪਣੇ ਇੰਪਰੂਵਮੈਂਟ ਵਾਸਤੇ, ਥਰੂ ਐਜੂਕੇਸ਼ਨ, ਥਰੂ ਸਕਿੱਲ, ਹਾਊ ਕੈਨ ਦੇ ਇੰਪਰੂਵ ਦ ਇਨਕਮ ਦੈਟ ਦੇ ਨੀਡ ਟੂ ਮੇਨਟੇਨ ਦੇਅਰ ਸੋਸ਼ਲ ਸਟੇਟਸ। ਡਿਸਪੈਰਿਟੀ ਇੰਨੀ ਆ, ਪੈਰਿਟੀ ਨੂੰ ਲਿਆਉਣ ਵਾਸਤੇ ਕੀ ਕਰਨਾ ਪਏਗਾ, ਇਹਦੇ ਵਾਸਤੇ ਵਿਚਾਰ ਹੋਣਾ ਚਾਹੀਦਾ ਆ। ਧੰਨਵਾਦ, ਥੈਂਕ ਯੂ ਜੀ। ਹਾਂ ਦੋਸਤੋ, ਮੈਂ ਉਹਦੇ ਵਿੱਚ ਐਡਿੰਗ ਕਰੀ ਥੋੜ੍ਹੀ, ਮੈਂ ਟਾਈਮ ਜ਼ਿਆਦਾ ਲਈ ਹੈ ਨਾ, ਜਿਹੜੀ ਭਾਰਤ ਦੇ ਵਿੱਚ ਜਿਹੜੀਆਂ ਨੌਕਰੀਆਂ ਨਾ
ਸਿਰਫ 1.5% ਨੇ ਜਿਹੜੀ ਸਰਕਾਰੀ ਨੌਕਰੀਆਂ ਆ, ਜਿੱਦਾਂ ਭਾਟੀਆ ਨੇ ਦੱਸਿਆ ਜਾਂ ਆਪਾਂ ਸਾਰਿਆਂ ਨੂੰ ਪਤਾ, ਜ਼ਿਆਦਾਤਰ ਜਿਹੜੇ ਲੋਕ ਜਿਹੜੀਆਂ ਨੌਕਰੀਆਂ ਨੇ ਉਹ ਪ੍ਰਾਈਵੇਟ ਨੇ, ਅਤੇ ਉਹਦੇ ਵਿੱਚ ਜਿਹੜੀ 1.5% ਵੀ ਆ ਉਹਦੇ 'ਚ ਮਸਾਂ ਹੀ 0.5% ਤੋਂ ਵੀ ਘੱਟ ਜਿਹੜੀ ਰਿਜ਼ਰਵੇਸ਼ਨ ਦੇ ਹਿੱਸੇ ਆਉਂਦੀ ਹੈ, ਅਤੇ ਉਹਨਾਂ ਰੌਲਾ ਇੰਨਾ ਪਾਇਆ ਇੰਡੀਆ ਦੇ ਵਿੱਚ ਕਿ ਬਸ ਜਿਵੇਂ ਸਾਰਾ ਕੁਛ ਇੰਡੀਆ ਦਾ ਰਿਜ਼ਰਵੇਸ਼ਨ ਦੇ ਕਰਕੇ ਰੁਕਿਆ ਹੋਇਆ। ਹਾਂਜੀ ਹਾਂਜੀ, ਮੈਂ ਇੱਕ ਮਿੰਟ ਹਾਂਜੀ ਕਾਲ ਲੈਣੀ ਆ, ਕਾਲ ਲੈ ਰਹੇ ਇੱਕ ਫਿਰ ਕਰਦੇ। ਹਾਂਜੀ ਕਾਸ਼ੀ ਤੇ ਸਵਾਗਤ ਹੈ ਜੀ ਆਪਦਾ। ਹੈਲੋ ਹੈਲੋ, ਮੈਂ ਸਾਥੀ ਭਗਵੰਤ ਜਸਵਿੰਦਰ ਤੇ ਜੰਤਰਾਜ ਜੀ। ਸਚਦੇਵ ਜੀ ਹੋ? ਹਾਂਜੀ ਹਾਂਜੀ, ਮੈਂ ਸਚਦੇਵ ਬੋਲਦਾ ਸਾਥੀਓ, ਆਵਾਜ਼ ਸੁਣਦੀ ਹੈ? ਜਗਦੇਵ ਸਚਦੇਵ ਜੀ। ਹੈਲੋ ਹੈਲੋ ਸਾਥੀਓ, ਕਿਵੇਂ ਠੀਕ ਹੋ? ਹਾਂ, ਗੱਲ ਇਹ ਆ ਵੀ ਤੁਸੀਂ ਮੁੱਦਾ ਆਪਣਾ ਕਈਆਂ ਵੀਕਾਂ ਤੋਂ ਇਹ ਇਲੈਕਸ਼ਨ ਦੇ ਬਾਰੇ ਚ ਚੱਲ ਰਿਹਾ ਹੈ, ਤੇ ਮੇਰੇ ਖਿਆਲ ਵੀ ਸਵਾਲ ਵੀ ਮੁੜ ਮੁੜ ਕੇ ਉਹੀ ਆ ਰਹੇ ਨੇ। ਹਾਂਜੀ, ਤੇ ਪਰ ਗੱਲ ਇਹ ਆ ਵੀ ਇੰਨੇ ਸਵਾਲ ਵਾਰ ਵਾਰ ਲੋਕਾਂ ਵਿੱਚ ਜਾ ਰਹੇ ਨੇ, ਤੇ ਲੋਕਾਂ ਨੂੰ ਵੀ ਇਹਨਾਂ ਨੂੰ ਜਾਣਨ ਦੀ ਲੋੜ ਆ ਵੀ ਡੈਮੋਕ੍ਰੇਸੀ ਜਿਹੜੀ ਕਹਿੰਦੇ ਆ ਕਿ ਦੁਨੀਆਂ ਦੀ ਲਾਰਜੈਸਟ ਡੈਮੋਕ੍ਰੇਸੀ ਆ ਇੰਡੀਆ ਦੇ ਵਿੱਚ, ਕੀ ਇਹ ਸੱਚਿਓਂ ਹੀ ਆ? ਪਹਿਲਾਂ ਤਾਂ ਇਹ ਸਵਾਲ ਲੋਕਾਂ ਉੱਪਰ ਬਣਦਾ ਹੈ ਵੀ ਕੀ ਸੱਚਿਓਂ ਹੀ ਇੰਡੀਆ ਲਾਰਜੈਸਟ ਡੈਮੋਕ੍ਰੈਟਿਕ ਕੰਟਰੀ ਆ ਇਨ ਦਾ ਵਰਲਡ, ਜਾਂ ਇੱਕ ਸਿਰਫ ਵੱਖਰੀ ਹੈਗਾ, ਜਾਂ ਪ੍ਰੈਕਟੀਕਲ ਤੇ ਹੈ ਕੋਈ ਨਹੀਂ? ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜੇ ਡੈਮੋਕ੍ਰੈਟਿਕ ਹੋਵੇ ਤਾਂ ਡੈਮੋਕ੍ਰੈਟਿਕ ਕੰਟਰੀ ਵਿੱਚ 3 ਮੇਨ ਆਸਪੈਕਟ ਹੁੰਦੇ ਆ ਜਿਹੜੇ ਪਬਲਿਕ ਨੂੰ ਉਹਨਾਂ ਦੇ ਬੇਸਿਕ ਰਾਈਟ ਵੀ ਆ ਔਰ ਉਹਨਾਂ ਨੂੰ ਮਿਲਣੇ ਵੀ ਚਾਹੀਦੇ ਆ, ਉਹ ਹੈ ਸਿਹਤ, ਐਜੂਕੇਸ਼ਨ ਤੇ ਇੰਪਲੋਇਮੈਂਟ। ਤੇ ਜਿਹੜੇ ਸਾਡੇ ਸਾਰੇ ਹੀ ਇਲੈਕਸ਼ਨ ਵਾਲੇ ਮੰਨ ਲਓ ਹੈਗੇ ਨੇ ਪਾਰਟੀਆਂ, ਤੇ ਉਹਨਾਂ ਚੋਂ ਖਾਸ ਕਰਕੇ ਬੀਜੇਪੀ, ਉਹਨੇ ਕਦੀ ਇਹਨਾਂ ਤਿੰਨਾਂ ਚੀਜ਼ਾਂ ਤੇ ਗੱਲ ਕੀਤੀ ਹੈ? ਨਹੀਂ ਕੀਤੀ, ਪਰ ਉਹ ਆਪਣੇ ਜਿੱਤਣ ਦੀ 400 ਪਾਰ ਦੀ ਗੱਲ ਕਰ ਰਹੇ ਨੇ। ਪਰ ਮੈਂ ਇਹ ਸਮਝਦਾ ਵੀ 400 ਪਾਰ ਤਾਂ ਫਿਰ 420 ਹੀ ਆਉਂਦਾ, 10 ਸਾਲਾਂ ਚ ਕੀ ਹੋਇਆ ਤੇ ਆਉਣ ਵਾਲੇ ਮਤਲਬ 5 ਸਾਲਾਂ ਵਿੱਚ ਜਿਹੜਾ ਉਹ 400 ਪਾਰ ਜਾਣ ਦੀ ਗੱਲ ਕਰਦੇ ਆ, ਤੇ ਇਹ ਸਾਨੂੰ ਮਤਲਬ ਇਹ ਦੱਸਦਾ ਕਿ ਜੇ ਉਹ ਇਹਦੇ ਵਿੱਚ ਥਰੂ ਹੁੰਦੇ, ਜਿਹੜੇ ਮੈਂ ਸਮਝਦਾ ਕਿ ਨਹੀਂ ਹੋਣਗੇ, ਪਰ ਫਿਰ ਵੀ ਜੇ ਉਹ ਹੁੰਦੇ ਆ ਤਾਂ ਲੋਕਾਂ ਦਾ ਮਨੋਬਲ, ਲੋਕਾਂ ਦਾ ਸੋਚ ਢੰਗ ਉਹਨਾਂ ਨੇ ਕਿੰਨਾ ਡ੍ਰੌਪ ਕਰਤਾ ਹੋਊਗਾ। ਹਾਂਜੀ, ਉਹ 400 ਪਾਰ, ਉਹ 400 ਪਾਰ ਕਹਿੰਦੇ ਨੇ, ਤੇ ਦੂਜੇ ਕਹਿੰਦੇ ਆ 200 ਪਾਰ ਹੋਣੇ ਆ ਮਸਾਂ। ਨਹੀਂ, ਪੁਆਇੰਟ ਇਹ ਆ ਵੀ 400 ਤੋਂ ਬਾਅਦ ਤਾਂ 420 ਹੀ ਆਉਂਦਾ, ਮੇਰਾ ਮਤਲਬ ਇਹ ਹੈ ਕਿ 400 ਦਾ ਪੁਆਇੰਟ ਹੀ 420 ਹੈ, ਉਹ 420 ਲੋਕਾਂ ਨੂੰ ਸਮਝਣ ਦੀ ਲੋੜ ਹੈ। ਮੇਰਾ ਪੁਆਇੰਟ ਵੀ 420 ਨੂੰ ਅੰਡਰਸਟੈਂਡ ਕਰਨ ਦੀ, ਜਿਵੇਂ ਜਸਵਿੰਦਰ ਹੋਣੀ ਗੱਲ ਕੀਤੀ ਹੈ ਵੀ ਲੋਕਤੰਤਰ ਤੇ ਭੀੜਤੰਤਰ ਦਾ ਫਰਕ ਸਾਨੂੰ ਸਮਝਣ ਦੀ ਲੋੜ ਹੈ। ਬਿਲਕੁਲ ਸਹੀ ਗੱਲ ਹੈ, ਉੱਥੇ ਭੀੜਾਂ ਇਕੱਠੀਆਂ ਹੋ ਰਹੀਆਂ, ਲੋਕਾਂ ਦੀ ਜਿਹੜੀ ਜਿਹੜਾ ਰਾਈਟਸ ਐਂਡ ਰਿਸਪੋਂਸੀਬਿਲਟੀ ਬਾਰੇ ਕੋਈ ਗਿਆਨ ਨਹੀਂ, ਨਾ ਲੀਡਰਾਂ ਨੂੰ, ਲੋਕਾਂ ਨੂੰ ਤਾਂ ਸਟੀਰੀਓਟਾਈਪ ਕੀਤਾ ਹੋਇਆ ਵੀ ਜੋ ਕੁਛ ਵੀ ਆਉਂਦਾ ਉਹ ਉੱਪਰੋਂ ਤੁਹਾਡੀ ਕਿਸਮਤ 'ਚ ਆ ਰਿਹਾ ਹੈ। ਤੇ ਅੰਬੇਡਕਰ ਜੀ ਨੇ ਬੜੇ ਖੁੱਲ੍ਹੇ ਮਤਲਬ ਸਾਫ਼ ਲਫ਼ਜ਼ਾਂ 'ਚ ਕਿਹਾ ਹੈ ਵੀ ਕਿਸਮਤਵਾਦ ਨਾਂ ਦੀ ਕੋਈ ਚੀਜ਼ ਨਹੀਂ ਹੈ, ਤੁਹਾਨੂੰ ਆਪਣੀ ਕਿਸਮਤ ਆਪ ਬਣਾਉਣੀ ਚਾਹੀਦੀ ਹੈ, ਔਰ ਕਿਉਂਕਿ ਜੋ ਕੁਛ ਵੀ ਤੁਹਾਨੂੰ ਚਾਹੇ ਪੈਨਸ਼ਨ ਮਿਲਦੀ ਹੈ, ਚਾਹੇ ਅਵਰਲੀ ਰੇਟ ਮਿਲਦਾ ਹੈ, ਜਾਂ ਤੁਹਾਨੂੰ ਮਤਲਬ ਜਿਹੜਾ ਹੈ ਅਨਇੰਪਲੋਇਮੈਂਟ ਜੋ ਵੀ ਮਿਲਦਾ ਹੈ, ਉਹ ਸਾਰੇ ਦਾ ਸਾਰਾ ਪਾਰਲੀਮੈਂਟ ਤੈਅ ਹੁੰਦਾ। ਜੇ ਹਾਲੇ ਤੱਕ ਇਹਨਾਂ ਹਾਲਤਾਂ ਵਿੱਚ ਵੀ ਲੋਕ ਇਸ ਗੱਲ ਨੂੰ ਸਮਝਣ ਤੋਂ ਸਮਰਥ ਹੈ, ਤੇ ਉਹ ਲੋਕ ਜਿਹੜੇ ਦਮ ਗੱਜੇ ਮਾਰ ਰਹੇ ਨੇ ਵੀ ਅਸੀਂ ਮੂਹਰੇ ਆਉਣਾ, ਤੇ ਮੇਰਾ ਖਿਆਲ ਆ ਵੀ 21ਵੀਂ ਸਦੀ ਦੀ ਇਹ ਸਭ ਤੋਂ ਸ਼ਰਮ ਵਾਲੀ ਗੱਲ ਹੋਊਗੀ
ਵੀ ਜੇ ਲੋਕਾਂ ਨੂੰ ਹਾਲੇ ਤੱਕ ਵੀ ਉਹ ਮਤਲਬ ਗੁੰਮਰਾਹ ਕਰ ਗਏ। ਇਸ ਕਰਕੇ ਮੈਂ ਇਹ ਚਾਹੁੰਦਾ ਵੀ ਲੋਕ ਘੱਟੋ ਘੱਟ ਜੇ ਸਮੇਂ ਦੇ ਹਾਣੀ ਨਹੀਂ ਬਣਦੇ ਤਾਂ ਇਹ ਲੋਕ ਜਿਹੜੇ ਉਹ ਅੰਨਿਆਂ ਚ ਕਾਣੇ ਰਾਜੇ ਵਾਲੀ ਗੱਲ ਚੱਲਦੀ ਰਹੂਗੀ। ਹੁਣ ਜੇ ਅਸੀਂ ਇਹ ਨੀ ਸਮਝਦੇ ਵੀ 1 ਤੋਂ 5 ਸਾਲ ਦੀ ਉਮਰ ਦੇ 43% ਬੱਚੇ ਇੰਡੀਆ ਵਿੱਚ ਅੰਡਰ ਵੇਟ ਆ ਡਿਊ ਟੂ ਮਲ ਨਿਊਟ੍ਰੀਸ਼ਨ, ਔਰ 15 ਤੋਂ 49 ਸਾਲ ਦੀਆਂ ਔਰਤਾਂ ਅਨੀਮਿਕ ਹੈ ਡਿਊ ਟੂ ਮਲ, ਜਿਹੜਾ ਉਹਨਾਂ ਦਾ ਪ੍ਰੋਪਰ ਜਿਹੜਾ ਵਿਟਾਮਿਨ ਜਿਹੜੀ ਉਹਨੂੰ ਪ੍ਰੋਪਰ ਫੂਡ ਨਹੀਂ ਮਿਲਦਾ, ਔਰ ਨਾਲ ਨਾਲ ਜਿਹੜੀ ਸਾਡੀ ਮਤਲਬ ਮੈਂਟਲ ਹੈਲਥ ਹੈ ਉਹ ਇੰਨੀ ਡਿਟੀਰੀਓਰੇਟ ਹੋਈ ਆ ਕਿ 80% ਤੋਂ ਵੀ ਵੱਧ ਲੋਕ ਜਿਹੜੇ ਮਤਲਬ ਮੈਂਟਲ ਹੈਲਥ ਦੇ ਮਤਲਬ ਉਹਨਾਂ ਨੂੰ ਪ੍ਰੋਬਲਮ ਹੈਗੀ ਆ, ਔਰ ਅਸੀਂ ਕਦੇ ਵੀ ਮੈਂਟਲ ਹੈਲਥ ਨੂੰ ਹੈਲਥ ਦਾ ਇਸ਼ੂ ਨਹੀਂ ਮੰਨ ਰਹੇ। ਥੈਂਕ ਯੂ ਸਰਦੇਵ ਜੀ, ਤੁਹਾਡਾ ਅਸੀਂ ਵੋਟ ਪਾਉਣੀ ਆ ਤਾਂ ਕਿੱਧਰ ਮਤਲਬ ਉਹਦਾ ਉਹਦਾ ਫਾਇਦਾ ਕੌਣ ਲਊਗਾ ਜੇ ਅਸੀਂ ਮਾਨਸਿਕ ਤੌਰ ਤੇ ਰੋਗ ਹੀ ਮਤਲਬ ਹੈ ਨੀ ਗੇ ਤੇ ਉਹ ਜਿਹੜਾ ਗੁੰਮਰਾਹ ਕਰਨ ਵਾਲਾ ਬੰਦਾ ਅੱਗੇ ਆ ਰਿਹਾ ਹੈਗਾ। ਥੈਂਕ ਯੂ ਤੁਹਾਡਾ ਸਰਦੇਵ ਜੀ, ਥੈਂਕ ਯੂ। ਹਾਂਜੀ ਸੈਕੂਲਰ ਤੇ ਸੋਸ਼ਲਿਸਟ ਉਹਨਾਂ ਨੇ ਖਤਮ ਕਰਤਾ ਤੇ ਐਜੂਕੇਸ਼ਨ ਵਿੱਚ ਉਹ ਰੀਜ਼ਨਿੰਗ ਖਤਮ ਕਰਤੀ, ਸਿਰਫ ਉਹ ਫੋਲੋ ਕਰੋ ਜੋ ਪਹਿਲਾਂ ਸੀ। ਜੇ ਤੁਸੀਂ ਇਹ ਚੇਂਜ ਨਹੀਂ ਕਰਦੇ ਤਾਂ ਤੁਸੀਂ ਕੋਈ ਵੀ ਪਾਰਟੀ ਆ ਜਾਵੇ, ਜੇ ਏਜੰਡਾ ਨਹੀਂ ਲੋਕਾਂ ਦੀ ਸਿਹਤ ਦਾ, ਲੋਕਾਂ ਦੀ ਹੈਲਥ ਦਾ ਤੇ ਲੋਕਾਂ ਦੀ ਇੰਪਲੋਇਮੈਂਟ ਦਾ, ਤਾਂ ਡੈਮੋਕ੍ਰੇਸੀ ਇਜ਼ ਓਨਲੀ ਫੋਰ ਦਾ ਨੇਮ, ਨਾਟ ਏ ਪ੍ਰੈਕਟੀਕਲ ਡੈਮੋਕ੍ਰੇਸੀ ਫੋਰ ਫਿਊ। ਹਾਂਜੀ ਥੈਂਕ ਯੂ, ਬਹੁਤ ਬਹੁਤ ਥੈਂਕ ਯੂ, ਥੈਂਕ ਯੂ। ਵੀ ਗੋਟ ਟੂ ਫਾਈਟ ਔਨ ਵੀ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਜਾਂ ਭੀੜ ਤੰਤਰ ਦੀ ਗੱਲ ਕਰਦੇ ਹਾਂ। ਥੈਂਕ ਯੂ ਸਰਦੇਵ ਜੀ, ਉਹਨੇ ਕਿਹਾ ਵੇਕ ਅਪ ਐਂਡ ਥਿੰਕ ਅਬਾਊਟ ਇਟ ਐਂਡ ਫਾਈਟ ਫੋਰ ਇਟ। ਥੈਂਕ ਯੂ, ਮਿਹਰਬਾਨੀ ਸਰ ਮੈਨੂੰ ਦੇ ਟਾਈਮ। ਹਾਂਜੀ ਤੁਸੀਂ ਜਨਕ ਜੀ ਲੱਗੇ ਸੀ, ਕੁਛ ਕਹਿਣ, ਮਾਫ਼ ਕਰਨਾ। ਮੈਂ ਸਭ ਤੋਂ ਪਹਿਲਾਂ ਤਾਂ ਇਹ ਦੋ ਹੀ ਗੱਲਾਂ ਫੇਰ ਕਰਦਾ ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਦਾ ਮੋਟੋ ਆ ਹਾਂਜੀ ਉਹ ਜਿਸ ਤਰ੍ਹਾਂ ਸਚਦੇਵ ਜੀ ਨੇ ਕਿਹਾ, ਸੋ ਪਹਿਲਾਂ ਬੁਲਾਰੇ ਵੀ ਕਹਿ ਕੇ ਗਏ ਆਪਣੇ ਜਿਹੜੇ ਆਏ ਸੀਗੇ ਕੌਲਰ, ਹਾਂਜੀ ਉਹਨਾਂ ਨੇ ਵੀ ਇਹੀ ਕਿਹਾ ਵੀ ਇੰਪਰੂਵਮੈਂਟ ਕਿੱਦਾਂ ਹੋ ਗਈ। ਇੰਪਰੂਵਮੈਂਟ ਹੋਣ ਦਾ ਚਾਂਸ ਇੱਕੋ ਹੀ ਆ ਵੀ ਦੇਖੋ ਐਜੂਕੇਸ਼ਨ, ਹੈਲਥ ਅਤੇ ਇੰਪਲੋਇਮੈਂਟ। ਇੰਪਲੋਇਮੈਂਟ ਤਾਂ ਹੀ ਹੋਊਗੀ ਜੇ ਐਜੂਕੇਸ਼ਨ ਹੋਊਗੀ। ਐਜੂਕੇਸ਼ਨ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਮੋਟੋ ਆ ਵੀ ਹਰ ਸਕੂਲ ਜਿਹੜੇ ਆ ਉਹਨੂੰ ਅਪਡੇਟ ਕੀਤਾ ਜਾਊਗਾ, ਪ੍ਰਾਇਮਰੀ ਸਕੂਲ ਚੱਲਣਗੇ। ਲੇਕਿਨ ਜਿਹੜੀ ਬਾਕੀ ਪਾਰਟੀਆਂ ਉਹਨਾਂ ਦਾ ਇਹ ਜ਼ੋਰ ਲੱਗਾ ਵੀ ਪ੍ਰਾਇਮਰੀ ਜਿਹੜੀ ਸਕੂਲ ਆ ਉਹਨਾਂ ਨੂੰ ਬੰਦ ਕਰਕੇ ਪ੍ਰਾਈਵੇਟ ਸਕੂਲ ਕੀਤੇ ਜਾਣ। ਪ੍ਰਾਈਵੇਟ ਸਕੂਲਾਂ 'ਚ ਸਾਡੇ ਬੱਚੇ ਪੜ੍ਹਨ ਜਾਂਦੇ ਆ ਗਰੀਬ ਲੋਕਾਂ ਦੇ, ਲੇਕਿਨ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਫੀਸਾਂ ਹੀ ਨਹੀਂ ਹਾਈ ਆ, ਉਹ 5ਵੀਂ ਤੱਕ ਜਾਂ 7ਵੀਂ ਤੱਕ 10ਵੀਂ ਤੱਕ ਪੜ੍ਹ ਕੇ ਉਹ ਗਾਂਹ ਅਫੋਰਡ ਨਹੀਂ ਕਰ ਸਕਦੇ, ਉਹ ਬੰਦ ਹੋ ਜਾਂਦੇ ਬੱਚੇ। ਉਹਨਾਂ ਦੇ ਜਿਹੜਾ 10 ਸਾਲ ਗਏ ਉਹ ਵੇਸਟ ਹੋ ਜਾਂਦੇ, ਉਹ ਬੱਚੇ ਗਾਂਹ ਪੜ੍ਹਨ ਉਹ ਬਿਲਕੁਲ ਰਹਿ ਜਾਂਦੇ ਆ। ਇਸ ਕਰਕੇ ਜਿਹੜੀ ਪ੍ਰਾਈਵੇਟ ਐਜੂਕੇਸ਼ਨ ਬਹੁਤ ਐਕਸਪੈਂਸਿਵ ਹੈਗੀ ਇੰਡੀਆ ਦੇ ਵਿੱਚ, ਉਹ ਅਫੋਰਡ ਨਹੀਂ ਕੀਤੀ ਜਾ ਸਕਦੀ। ਇੱਕੋ ਇੱਕ ਆਮ ਆਦਮੀ ਪਾਰਟੀ ਸੀ ਜਿਹਨਾਂ ਨੇ ਇਹ ਮੋਹਿਆ ਚੱਕਿਆ ਸੀ ਵੀ ਹੈਲਥ ਵਾਸਤੇ ਵੀ ਜਿਹੜਾ ਕਿ ਉਹਨੇ ਹੈਲਥ ਮਹੱਲਾ ਕਲੀਨਿਕ ਖੋਲ੍ਹੀਆਂ, ਹੋਸਪਿਟਲ ਨੂੰ ਅਪਡੇਟ ਕੀਤਾ, ਪਲੱਸ ਜਿਹੜਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਦੀ, ਦਿੱਲੀ ਦੇ ਵਿੱਚ ਜਿਸ ਤਰ੍ਹਾਂ ਹੈਗਾ, ਪੰਜਾਬ 'ਚ ਵੀ ਉਸ ਤਰ੍ਹਾਂ ਹੋ ਰਿਹਾ। ਲੇਕਿਨ ਕਿਉਂ ਉਹਨਾਂ ਨੂੰ ਚੱਲਣ ਹੀ ਦੇ ਰਿਹਾ, ਕਿਉਂਕਿ ਉਹ ਚਾਹੁੰਦੇ ਨਹੀਂ ਇਹ ਸਿਸਟਮ ਹੋ ਜਾਵੇ ਤਾਂ ਬੱਚੇ ਪੜ੍ਹ ਜਾਣਗੇ ਤਾਂ ਬਰਾਬਰ ਹੋ ਜਾਣਗੇ, ਕਿ ਜਦ ਤੱਕ ਬੱਚੇ ਪੜ੍ਹਦੇ ਨਹੀਂ ਉਨਾ ਚਿਰ ਉਹਨਾਂ ਨੂੰ ਨੌਲੇਜ ਨਹੀਂ ਆਉਣੀ, ਉਨਾ ਚਿਰ ਉਹਨਾਂ ਨੂੰ ਆਪਣੀ ਸਮਝ ਨਹੀਂ ਆਉਣੀ। ਇਸੇ ਕਰਕੇ ਇਹ ਪਾਰਟੀ ਦਾ ਇੱਕੋ ਇੱਕ ਮੋਟੋ ਆ ਵੀ ਬਾਕੀ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਕੈਂਡੀਡੇਟ ਹੈਗੇ ਆ, ਕੋਈ ਵੀ ਆਪਣਾ ਮੋਟੋ ਜਾ ਕੇ ਆਪਣਾ ਉਹ ਮੈਨੀਫੈਸਟੋ ਨਹੀਂ ਸਟੇਜ 'ਤੇ ਦੱਸਦਾ ਵੀ ਸਾਡਾ ਆਹ ਪ੍ਰੋਗਰਾਮ ਆ ਜਾਂ ਆਹ ਨਹੀਂ ਹੈਗਾ। ਜਿਹੜੇ ਜੇ BJP ਵਾਲੇ ਲੜ ਰਹੇ, ਸੋਰੀ ਮੇਰਾ ਕਹਿਣ ਨਾਂ ਲੈਣਾ ਪੈਣਾ, ਕਿ ਕੋਈ ਵੀ ਉਹਨਾਂ ਦਾ ਬੁਲਾਰਾ ਬੋਲੂਗਾ ਉਹ ਸਿਰਫ ਹਿੰਦੂਵਾਦ ਜਾਂ ਉਹ ਧਰਮ ਦੇ ਉੱਤੇ ਜਾਂ ਪਾਕਿਸਤਾਨ ਦੇ ਉੱਤੇ, ਚਾਈਨਾ ਬਾਰੇ ਕੋਈ ਨਹੀਂ ਗੱਲ ਕਰਦੇ ਡਰਦੇ, ਕਿਉਂ ਇਸ ਕਰਕੇ ਇਹ ਜਿਹੜਾ ਸਿਸਟਮ ਚੱਲ ਰਿਹਾ ਨਾ ਇਹ ਬਹੁਤ ਗਲਤ ਹੈਗਾ, ਔਰ ਗਲਤ ਪ੍ਰਚਾਰ ਲੋਕਾਂ 'ਚ ਜਾ ਰਿਹਾ। ਕੋਈ ਵੀ ਜਿਹੜਾ ਹੈਗਾ ਕੈਂਡੀਡੇਟ ਉਹ ਗੱਲ ਸਹੀ ਨਹੀਂ ਕਰ ਰਿਹਾ, ਸਿਰਫ ਇੱਕ ਦੂਜੇ ਨੂੰ ਗਾਲਾਂ ਕੱਢਣ ਅਤੇ ਇੱਕ ਦੂਜੇ ਨੂੰ ਬਲੇਮ ਦੇਣ 'ਤੇ ਲੱਗੇ ਹੋਏ ਆ। ਦੂਜੀ ਗੱਲ ਮੈਂ ਇੱਥੇ ਇੱਕ ਹੋਰ ਭਗਵਾਨ ਜੀ ਕਲੀਅਰ ਕਰ ਦੇਵਾਂ, ਜਿਹੜੀ ਇਲੈਕਸ਼ਨ ਹੁੰਦੀ ਆ ਉਹ ਸਿਰਫ 2 ਚਰਨ 'ਚ ਹੁੰਦੀ ਆ ਅਸਲੀ। ਪਹਿਲਾ ਚਰਨ ਇਹ ਆ ਵੀ ਜਦ ਕੈਂਡੀਡੇਟ ਕੋਲ ਖੜ੍ਹਦਾ ਉਹ ਲੋਕਾਂ ਦੇ ਚਰਨਾਂ ਜਾਂਦਾ, ਪੈਰਾਂ ਨੂੰ ਪੈਰੀਆਂ ਥਲਾਉਂਦਾ, ਜਾ ਕੇ ਮੈਨੂੰ ਵੋਟ ਪਾਓ ਜੀ।
ਤੇ ਦੂਜਾ ਚਰਨ ਇਹ ਹੁੰਦਾ ਜਦ ਉਹ ਜਿੱਤ ਜਾਂਦੇ ਆ ਤਾਂ ਫਿਰ ਉਹ ਲੋਕ ਜਿਹੜੇ ਵੋਟਾਂ ਪਾਈ ਉਹ ਉਹਨਾਂ ਦੇ ਪੈਰੀਆਂ ਥਲਾਉਂਦੇ ਚਰਨ ਦੋ ਚਰਨ 'ਚ ਹੁੰਦੀ ਆ ਲੇਕਿਨ ਐਤਕੀ ਜਿਹੜੀ ਇਲੈਕਸ਼ਨ ਉਹ ਪੰਜਾਂ ਚਰਨਾਂ ਸੱਤਾਂ ਚਰਨਾਂ 'ਚ ਕੀਤੀ ਗਈ ਆ ਜਿਹੜੀ ਕਿ ਬਿਲਕੁਲ ਇਹ ਇੱਕ ਸਾਜਿਸ਼ ਤਹਿਤ ਕੀਤੀ ਗਈ ਆ ਜੇ ਕਰਨੀ ਵੀ ਸੀ ਤਾਂ ਕਮ ਸੇ ਕਮ ਇੱਕ ਸਟੇਟ ਵਿੱਚ ਇੱਕੋ ਵਾਰੀ ਹੁਣ ਇਲੈਕਸ਼ਨ ਹੋਣੀ ਚਾਹੀਦੀ ਨਾ ਕਿ ਇੱਕ ਇੱਕ ਸਟੇਟ ਵਿੱਚ ਪੰਜ ਪੰਜ ਵਾਰੀ ਇਲੈਕਸ਼ਨ ਹੋਵੇ ਕਿਤੇ ਦੋ ਕੈਂਡੀਡੇਟ ਆ ਕਿਤੇ ਪੰਜ ਸੀਟਾਂ ਆ ਕਿਤੇ ਦਸ ਵਾ ਇਹ ਜਿਹੜਾ ਇਹ ਸਿਰਫ ਸਰਜੈਂਟਰ ਕੀਤਾ ਗਿਆ ਸਿਰਫ ਇਹ ਲੋਕਾਂ ਨੂੰ ਅੱਗੇ ਪਿੱਛੇ ਕਰਨ ਦੀ ਖਾਤਰ ਤਾਂ ਕਿ ਕਿੱਥੇ ਕੀ ਹੋ ਰਿਹਾ ਕਿੱਥੇ ਕਿੰਨੀ ਵੋਟ ਪੈ ਰਹੀ ਆ ਕੁਛ ਇੱਕ ਸੈਕਿੰਡ ਹੋਰ ਕੁਛ ਬੂਥਾਂ ਦੇ ਉੱਤੇ ਇਸ ਤਰ੍ਹਾਂ ਵੀ ਹੋਈ ਆ ਜਿਹੜੀ ਉੱਥੇ ਨਗਰ ਦੀ ਜਾਂ ਉਸ ਪਿੰਡ ਦੀ ਜਿਹੜੀ ਟੋਟਲ ਵੋਟ ਆ ਉਹ ਘੱਟ ਆ ਲੇਕਿਨ ਉੱਥੇ ਕਾਸ਼ ਸਿੰਘ ਵੋਟ ਜ਼ਿਆਦਾ ਹੋ ਗਈ ਆ ਇਹ ਵੀ ਇੱਕ ਮੁੱਦਾ ਹੈਗਾ ਕਾਫੀ ਬਾਹਰ ਆ ਰਿਹਾ ਲੇਕਿਨ ਕੋਈ ਉਹਦੇ 'ਤੇ ਨਹੀਂ ਬੋਲ ਰਿਹਾ ਚੁੱਪ ਹੋ ਜਾਂਦੇ ਇੱਕ ਮਾੜੀ ਜਿਹੀ ਗੱਲ ਨਿਕਲਦੀ ਆ ਦੂਜੀ ਬੀਜੇਪੀ ਵਾਲੇ ਚੁੱਪ ਕਰਾ ਦਿੰਦੇ ਆ ਅਤੇ ਮੈਂ ਇਹ ਕਹਿ ਰਿਹਾ ਕਿ ਜਿਹੜੀ ਇਲੈਕਸ਼ਨ ਆ ਇਹ ਬਿਲਕੁਲ ਫਾਈਨ ਫੇਅਰ ਅਤੇ ਪਰਫੈਕਟ ਨਹੀਂ ਹੋ ਰਹੀ ਇਹ ਸਿਰਫ ਇੱਕ ਸਰਜੰਤਰ ਕੀਤਾ ਜਾ ਰਿਹਾ ਥੈਂਕ ਯੂ ਜੀ ਕਾਲ ਲੈ ਲਈ ਫਿਰ ਪਤਾ ਜਸਵਿੰਦਰ ਤੋਂ ਹਾਂਜੀ ਕਾਂਸ਼ੀ ਟੀਵੀ ਦਾ ਸਵਾਗਤ ਹੈ ਜੀ ਆਪਦਾ ਹੈਲੋ ਜੀ ਜੈ ਗੁਰਦੇਵ ਜੈ ਟੀਮ ਜੀ ਮਹੰਤ ਆਪਣੇ ਭਗਵੰਤ ਜੀ ਉਹ ਮਹੇ ਜੀ ਧਰਮ ਜੀ ਆਣ ਹਾਂਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਸਾਰੇ ਮੈਂ ਤੁਹਾਨੂੰ ਤਿੰਨ ਵਾਰੀ ਥੈਂਕ ਯੂ ਨਹੀਂ ਕਰਨ ਦੇਣਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਉਹ ਮਿਨਿਸਟਰ ਸੀ ਉੱਥੇ ਉਹਨਾਂ ਮੈਂ ਗੱਲ ਕੀਤੀ ਉਹਨੇ ਮੈਨੂੰ ਇਹ ਗੱਲ ਕਹਿੰਦੇ ਵੀ ਅਸੀਂ ਦਿੱਲੀ ਦੇ ਵਿੱਚ ਐਜੂਕੇਸ਼ਨ ਵਿੱਚ ਬਹੁਤ ਤਰੱਕੀ ਕੀਤੀ ਆ ਗ੍ਰੈਜੂਏਟ ਕਰਦੇ ਸੀਗੇ ਇਹਨਾਂ ਦੇ ਆਉਣ ਤੋਂ ਬਾਅਦ ਕਿੰਨੇ ਗ੍ਰੈਜੂਏਟ ਜ਼ਿਆਦਾ ਹੋਏ ਆ ਉਹ ਕਹਿੰਦਾ ਜੀ ਅਸੀਂ ਸਿਫਤ ਕਰ ਰਹੇ ਲੱਭੇ ਮੈਂ ਕਿਹਾ ਅਗਰ ਦਸਾਂ ਸਾਲਾਂ ਵਿੱਚ ਤੁਸੀਂ ਫਿਕਰ ਨਹੀਂ ਲੱਭੇ ਵੀ ਕਿੰਨੇ ਕੁ ਬੱਚੇ ਜ਼ਿਆਦਾ ਪੜ੍ਹ ਗਏ ਤਾਂ ਤੁਹਾਡੀ ਜਿਹੜੀ ਤਰੱਕੀ ਉਹ ਕਿਹਦੀ ਆ ਕਹਿੰਦਾ ਜੀ ਇਹ ਤਾਂ ਬਹਿਸ ਵਾਲੀ ਗੱਲ ਜਿਹੜੀ ਉਹਨਾਂ ਕੋਲ ਕੋਈ ਫਿਕਰ ਨਹੀਂ ਸੀ ਦਿੱਲੀ ਵਿੱਚ ਪਾਣੀ ਦਾ ਵੀ ਉਹੀ ਹਾਲ ਆ ਐਜੂਕੇਸ਼ਨ ਦਾ ਉਹੀ ਹਾਲ ਇਹ ਇੱਕ ਸਿਰਫ ਰੌਲਾ ਪਾਉਣ ਵਾਲੀ ਗੱਲ ਪੰਜਾਬ 'ਚ ਦੇਖਿਆ ਪੰਜਾਬ 'ਚ ਵੀ ਫੋਟੋ ਲਾਈ ਆ ਭਗਤ ਸਿੰਘ ਅਤੇ ਡਾਕਟਰ ਅੰਬੇਡਕਰ ਦੀ ਕਰਕੇ ਜਿਹੜਾ ਬਿਲਕੁਲ ਆਪੋਜ਼ਿਟ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ ਇੱਕ ਜਿਹੜੀ ਮਨੋਰਟੀਜ਼ ਆ ਉਹਨਾਂ ਨੂੰ ਇੱਕ ਸ਼ਿਕਾਇਤ ਆ ਪੋਲੀਟੀਸ਼ਨ ਉੱਥੇ ਉਹ ਇਹ ਆ ਕਿ ਵੀ ਉੱਥੇ ਕਾਂਗਰਸ ਵੱਲੋਂ ਜਾਂ ਬੀਜੇਪੀ ਵੱਲੋਂ ਜਾਂ ਅਕਾਲੀਆਂ ਵੱਲੋਂ ਜਾਂ ਹੋਰ ਪਾਰਟੀਆਂ ਵੱਲੋਂ ਮਨੋਰਟੀ ਆ ਜਿਹੜੇ ਬੰਦੇ ਆ ਉਹ ਉੱਥੇ ਬਣਦੇ ਆ ਐਮਐਲਏ ਜਾਂ ਐਮਪੀ ਪਰ ਉਹ ਪਾਰਲੀਮੈਂਟ ਜਾ ਕੇ ਬੋਲਦੇ ਨੇ ਇਹ ਹਮੇਸ਼ਾ ਸ਼ਿਕਾਇਤ ਰਹੀ ਆ ਜਿੰਨਾ ਚਿਰ ਜਿਹੜੇ ਲੋਕ ਇਹ ਨਹੀਂ ਸਮਝਦੇ ਕਿ ਪਾਰਲੀਮੈਂਟ ਜਾ ਕੇ ਗੱਲ ਉਹੀ ਕੀਤੀ ਜਾ ਸਕਦੀ ਹੈ ਜਿਹੜੀ ਉਹਨੇ ਬੈਨੀਫਿਸ਼ ਦੇ ਵਿੱਚ ਹੈਗੀ ਆ ਹਰ ਪਾਰਟੀ ਦਾ ਆਪੋ ਆਪਣਾ ਇੱਕ ਢਾਂਚਾ ਆ ਉਸ ਢਾਂਚੇ ਦੇ ਵਿੱਚ ਸ਼ਡਿਊਲਡ ਕਾਸਟ ਜਿਹੜੇ ਗਰੀਬਾਂ ਲੋਕਾਂ ਦੀ ਗੱਲ ਨਹੀਂ ਉਹ ਲੈਂਦੇ ਤੇ ਸਾਨੂੰ ਉਹ ਸਮਝ ਨਹੀਂ ਲੋੜ ਆ ਥੈਂਕ ਯੂ ਜਿਹੜੀ ਮਨੋਰਟੀ ਦੇ ਲੋਕ ਆ ਉਹ ਸਮਝ ਨਹੀਂ ਲੋੜ ਆ ਸਿਰਫ ਇੱਕੋ ਹੀ ਪਾਰਟੀ ਆ ਜਿਹੜੀ BSP ਆ ਉਹਨਾਂ ਦੀ ਜਿਹੜੀ ਵਿਚਾਰਧਾਰਾ ਆ ਜਿਹੜੀ ਸੋਚ ਆ ਉਹ ਗਰੀਬਾਂ ਦੀ ਤਰੱਕੀ ਦੀ ਸੋਚ ਲੈ ਕੇ ਅੱਗੇ ਚੱਲਦੀ ਆ ਕਿਉਂਕਿ ਉਹ ਪਾਰ ਤਾਂ ਚੜੂਗੀ ਅਗਰ ਉਹਨਾਂ ਦੇ ਬੰਦੇ ਜਾ ਕੇ ਉੱਥੇ ਜਾਣਗੇ ਤਾਂ ਉਹ ਗੱਲ ਕਰਨਗੇ ਜਿੰਨੇ ਵੀ UP 'ਚੋਂ ਬੰਦੇ ਪਾਰਲੀਮੈਂਟ 'ਚ ਗਏ ਆ ਉਹ ਹਮੇਸ਼ਾ ਬੋਲੇ ਆ ਇਹ ਗੱਲ ਠੀਕ ਆ ਜਿੱਦਾਂ ਆਪਾਂ ਹੁਣ ਦੇਖਦੇ ਹਾਂ ਕਿ ਜਿਹੜਾ ਕੰਮ ਕਾਂਸ਼ੀ TV ਅਸਲੇ ਕਰ ਰਿਹਾ
ਜਿੰਨੇ ਵੀ ਚੈਨਲ ਹੋਰ ਆ ਇੰਡੀਆ ਦੇ ਜਾਂ ਇੱਥੇ ਦੇ ਜਾਂ ਕੈਨੇਡਾ ਦੇ ਜਾਂ ਹੋਰ ਕਿਸੇ ਮੁਲਕ ਦੀ, ਕੋਈ ਇਲੈਕਸ਼ਨ ਬਾਰੇ ਗੱਲ ਨਹੀਂ ਕਰ ਰਿਹਾ। ਹੁਣ ਆਪਣੇ ਨੇ ਇੱਕ ਦੂਜੇ ਜੁੰਡੇ ਪੱਟਣ ਤੋਂ ਹਟਦੇ, ਹਾਂ ਸਿਰਫ ਦੋ ਹੀ ਗੱਲਾਂ ਕਰਦੇ ਆ ਜੀ, ਕਿਸਾਨ ਦੀ ਗੱਲ ਕਰਦੇ ਆ, ਜ਼ਮੀਨਾਂ ਦਾ ਹੋਰ ਪੈਸੇ ਮਿਲਣੇ ਚਾਹੀਦੇ, ਜਾਂ ਬੇਅਦਬੀ ਦੀ, ਤੀਜੀ ਕੋਈ ਪੋਲਿਟਿਕਸ ਹੈ ਨਹੀਂ। ਸਹੀ ਗੱਲ ਆ ਤੁਹਾਡੀ। ਤੇ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਕਿ ਵੀ ਤੁਸੀਂ ਉਹ ਜੋ ਉਹਨੇ ਲਿਖਿਆ ਕੀ ਉਹਨੇ ਕਹਿਣਾ, ਸਟੇਜ ਦੀ ਗੱਲ ਨਾ ਸੁਣੋ। ਹਾਂਜੀ, ਜਿਹੜਾ ਉਹਦਾ ਪੇਪਰ ਵਰਕ, ਜਿਹਨੂੰ ਆਪਾਂ ਮੈਨੀਫੈਸਟੋ ਕਹਿੰਦੇ ਹਾਂ, ਜਿਹੜੇ ਮੈਨੀਫੈਸਟੋ ਉਸ 'ਚ ਕੀ ਲਿਖਿਆ, ਤੁਸੀਂ ਬਾਅਦ 'ਚ ਉਹਨੂੰ ਤੋੜੋ ਫੜ ਸਕਦੇ ਵੀ ਭਾਅ ਤੁਸੀਂ ਆਹ ਕਹਿੰਦੇ ਸੀ ਕੀਤਾ ਨਹੀਂ। ਜਿਹੜੀ ਸਟੇਜ 'ਤੇ ਗੱਲ ਕਰ ਰਹੀ ਹੈ, ਮਹੱਲਿਆਂ 'ਚ ਜਾ ਕੇ ਗੱਲ ਉਹ ਕਰ ਜਾਂਦੇ ਆ, ਉਹ ਇੱਕ ਗਰਾਉਂਡ ਨਹੀਂ ਲੱਗਦੀ ਆ। ਸ਼ਰਾਬ ਪੜਾਤੀ, 100 ਰੁਪਇਆ ਦਿੱਤਾ, 1000 ਰੁਪਇਆ ਦਿੱਤਾ, ਤੇ ਬੋਰਡ ਜ਼ਬਰਦਸਤੀ ਪਵਾ ਰਹੀ, ਇਹ ਹੈਗੀ ਆ ਜ਼ਬਰਦਸਤੀ, ਇਹ ਹੁੰਦੀ ਆ ਰਹੀ ਆ। ਜੇ ਸ਼ਰਾਬ ਪੜਾ ਕੇ ਵੋਟ ਨਾ ਪਾਓ, ਬਾਅਦ ਚ ਕੀ ਹੁੰਦਾ ਵੀ ਤੁਹਾਨੂੰ ਪਤਾ ਆ। ਤੇ ਇਸ ਕਰਕੇ ਲੋਕਾਂ ਨੂੰ ਬਸ ਜ਼ਰੂਰੀ ਆ ਕਿ ਉਹ ਜਿਹੜਾ ਮੈਨੀਫੈਸਟੋ ਦੀ ਜਾਣਕਾਰੀ ਪ੍ਰਾਪਤ ਕਰਨ, ਮਹੱਲਿਆਂ 'ਚ ਜਾ ਕੇ ਦੱਸਣ ਵੀ ਅਸੀਂ ਆਹ ਤੁਹਾਡੇ ਖਿਲਾਫ਼ ਕਰਨਾ, ਤੇ ਮੈਂ ਗਰੰਟੀ ਕਰਦਾ ਨਾ ਕੋਈ ਆਮ ਆਦਮੀ ਪਾਰਟੀ ਨੂੰ ਵੋਟ ਪਾਊਗਾ, ਨਾ ਕੋਈ ਅਕਾਲੀਆਂ ਨੂੰ ਪਾਊਗਾ, ਤੇ ਨਾ ਕੋਈ ਪਾਊਗਾ ਬੀਜੇਪੀ ਨੂੰ। ਥੈਂਕ ਯੂ ਤੁਹਾਡਾ। ਉਹ ਦੱਸਿਆ ਉਹਨਾਂ ਨੂੰ, ਕਿਉਂਕਿ ਇੱਕ ਤਾਂ ਉਹਨਾਂ ਨੂੰ 20-25 ਸਾਲ ਤੋਂ ਅਨਪੜ੍ਹ ਰੱਖਿਆ ਗਿਆ, ਲੋਕਾਂ ਦੀ ਜਿਹੜੀ ਸੋਚ ਆ ਉਹਨੂੰ ਲਿਮਿਟਡ ਕਰ ਦਿੱਤਾ ਗਿਆ, ਗੱਲ ਲੋਕਾਂ ਨੇ ਸਮਝ ਹੀ ਨਹੀਂ ਆਉਂਦੀ। ਇਸ ਕਰਕੇ ਆਪਾਂ ਨੂੰ ਰਲ ਕੇ ਲੋਕਾਂ ਵਿੱਚ ਉਹ ਗੱਲ ਪਹੁੰਚਾਉਣੀ ਚਾਹੀਦੀ ਆ ਜਿਹਦਾ ਉਹਨਾਂ ਨੂੰ ਬੈਨੀਫਿਟ ਹੋਵੇ, ਜਿਹੜੀ ਗੱਲ ਸਮਝ ਸਕੇ ਆਸਾਨੀ ਦਾ। ਅੱਗੇ ਵੀ ਮੈਂ ਗੱਲ ਕੀਤੀ ਹੈ ਕਿ ਉਹ ਲੋਕਾਂ ਨੂੰ ਬਿਲਕੁਲ ਮੂਰਖ ਸਮਝਦੇ ਨੇ, ਔਰ ਡੰਗਰਾਂ ਨਾਲੋਂ ਵੀ ਕਈ ਵਾਰ ਤਾਂ ਉਹ ਮੰਦਾ ਸਮਝਦੇ ਨੇ, ਜਿਹਦਾ ਜਿਹੜਾ ਸਾਹਮਣੇ ਆਪਣੇ ਕੀ ਉਹਦਾ ਨਾਂ ਪ੍ਰਜਵਲ ਰਵੰਨਾ, ਉਹ ਇੱਕ ਸਾਡੇ ਸਾਹਮਣੇ ਉਹਦੀ ਐਗਜ਼ਾਮਪਲ, ਜਾਂ ਹੋਰ ਕਈ ਇੱਦਾਂ ਦੇ ਹੈਗੇ ਨੇ। ਤੁਸੀਂ ਕਿੱਦਾਂ ਸੋਚਦੇ, ਕੀ ਕਾਰਨ, ਕਾਹਦੇ ਲੋਕ ਇੱਦਾਂ ਦੇ ਬਣ ਗਏ ਆ, ਬਣਾ ਦਿੱਤੇ ਗਏ ਆ? ਦੇਖੋ, ਇੱਕ ਤਾਂ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਨਾ ਕਿ ਸਾਡੇ ਜਿਹੜੇ ਦਿਮਾਗਾਂ ਦੇ ਵਿੱਚ ਸ਼ੁਰੂ ਤੋਂ ਸਾਡੀ ਸੰਸਕ੍ਰਿਤੀ ਵਿੱਚ ਜੋ ਕੁਛ ਸਾਨੂੰ ਸਿਖਾਇਆ ਗਿਆ, ਪੜ੍ਹਾਇਆ ਗਿਆ, ਬਚਪਨ ਤੋਂ ਸਾਡੇ ਦਿਮਾਗਾਂ ਦੇ ਵਿੱਚ ਭਰਿਆ ਗਿਆ, ਉਹ ਪਰਿਵਾਰਾਂ ਦੇ ਵਿੱਚ ਆਮ ਹੀ ਆ ਕਿ ਜਿਹੜੀ ਅਪਰ ਕਲਾਸ ਆ ਉਹ ਕਹਿੰਦੇ ਅਸੀਂ ਸੁਪੀਰੀਅਰ ਹਾਂ, ਸਾਡੇ ਨਾਲ ਦਾ ਕੋਈ ਨਹੀਂ ਹੈਗਾ, ਜਿਹੜੀ ਲੋਅਰ ਕਲਾਸ ਆ ਉਹਨੂੰ ਬੰਦੇ ਨਹੀਂ ਸਮਝਿਆ ਜਾ ਰਿਹਾ ਹੈਗਾ, ਜਾਂ ਜਿਹੜੇ ਗਰੀਬ ਲੋਕ ਆ ਜਾਂ ਪਛੜੀਆਂ ਸ਼੍ਰੇਣੀਆਂ ਸਾਰੀਆਂ ਉਹਨਾਂ ਨੂੰ, ਉਹ ਜਿਹੜੀ ਇੱਕ ਚੀਜ਼ ਹੈ ਨਾ ਸਾਡੇ ਅੰਦਰ ਭਰ ਦਿੱਤੀ ਗਈ ਹੈ ਕਿ ਕੁਛ ਲੋਕ ਇਹ ਸੋਚ ਰਹੇ ਕਿ ਅਸੀਂ ਰਾਜ ਕਰਨ ਲਈ ਪੈਦਾ ਹੋਏ ਹਾਂ, ਔਰ ਉਹ ਹਮੇਸ਼ਾ ਕੋਈ ਨਾ ਕੋਈ ਢੰਗ ਤਰੀਕੇ ਨਾਲ, ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਸੀ ਕਿ ਇੰਨੇ ਜਿਹੜੇ ਵੋਟਾਂ 'ਚ ਕੈਂਡੀਡੇਟ ਆਉਣ ਦਾ ਕਾਰਨ ਆ, ਉਹ ਵੀ ਇੱਕ ਇਹੀ ਕਾਰਨ ਆ ਕਿ ਜੇ ਕੋਈ ਮਾੜਾ ਜਿਹਾ ਕੋਈ ਅੱਗੇ ਆਗੂ ਬਣ ਜਾਂਦਾ ਨਾ, ਉਹ ਭਲਾ ਕਿਸੇ ਵੀ ਧਿਰ ਦਾ ਬਣ ਜਾਂਦਾ, ਉਹ ਬਸ ਜਦੋਂ ਉਹਦੇ 4 ਬੰਦੇ ਮਗਰ ਹੋ ਜਾਂਦੇ, ਉਹ ਕਹਿੰਦਾ ਕਿ ਮੈਂ ਹੀ ਲੀਡਰ ਹਾਂ ਔਰ ਮੈਂ ਹੀ ਸਭ ਕੁਛ ਹਾਂ। ਇਹ ਜਿਹੜੀ ਇੱਕ ਸਾਡੀ ਸੋਚ ਹੈ ਨਾ, ਮੈਂ ਕਹਿ ਸਕਦਾ ਕਿ ਇੱਕ ਗੁਲਾਮ ਟਾਈਪ ਦੀ ਸੋਚ ਹੈ, ਵੀ ਅਸੀਂ ਜਦੋਂ ਥੋੜ੍ਹੇ ਜਿਹੇ ਬੰਦੇ ਸਾਡੇ ਅੰਡਰ ਆ ਜਾਂਦੇ ਨੇ, ਉਹਨਾਂ 'ਤੇ ਰਾਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ, ਜੇ ਕੋਈ ਸੰਸਥਾ ਸਾਡੇ ਹੱਥ ਜਾਂਦੀ ਹੈ ਤਾਂ ਅਸੀਂ ਉਹਦੇ ਵਿੱਚ ਵੀ ਸਾਡੀ ਇਹ ਟਰਾਈ ਹੁੰਦੀ ਹੈ ਕਿ ਅਸੀਂ ਉਹਦੇ ਮੁਖੀ ਬਣ ਗਏ ਤਾਂ ਸਭ ਤੋਂ ਕੋਈ ਅਸਤੀਫਾ ਨਾ ਮੰਗੇ, ਸਭ ਤੋਂ ਸਾਨੂੰ ਕੋਈ ਇਹਦੇ ਤੋਂ ਪਰੇ ਨਾ ਕਰੇ। ਇਹ ਚੀਜ਼ ਹੈ ਜਿਹੜੀ ਸਾਡੀ ਸਾਈਕੀ ਆ, ਇਹ ਸਾਨੂੰ ਮਾਰ ਰਹੀ ਹੈ, ਔਰ ਇਹ ਜਿੰਨਾ ਚਿਰ ਅਸੀਂ ਇਸ ਚੀਜ਼ ਤੋਂ ਪਰੇ ਨਹੀਂ ਹੁੰਦੇ, ਉਨਾ ਚਿਰ ਅਸਲੀ ਲੋਕਤੰਤਰ ਦੀ ਵੀ ਸਾਨੂੰ ਪਹਿਚਾਣ ਨਹੀਂ ਹੁੰਦੀ ਵੀ ਲੋਕ ਰਲ ਕੇ ਕਿੱਦਾਂ ਰਾਜ ਕਰਦੇ ਆ। ਲੋਕਾਂ ਵਾਂਗੂ ਰਲ ਕੇ ਰਾਜ ਕਰਨਾ ਹਜੇ ਸਾਡੀ ਪ੍ਰਵਿਰਤੀ ਨਹੀਂ ਬਣੀ ਹੈ,
ਔਰ ਇਹ ਖਾਸ ਕਰਕੇ ਅਸੀਂ ਕਈ ਵਾਰ ਇਹ ਗੱਲ ਵੀ ਕਰ ਰਹੇ ਕਿ ਐਜੂਕੇਸ਼ਨ ਕਿਹੋ ਜਿਹੀ ਹੋਣੀ, ਪਰ ਐਜੂਕੇਟਡ ਲੋਕ ਵੀ ਇਹਦੇ ਵਿੱਚ ਇਨਵੋਲਵ ਆ, ਉਹ ਸਮਾਂ ਜ਼ਿਆਦਾ ਯੂਜ਼ ਕਰ ਰਹੇ ਆ। ਹੁਣ ਅਸੀਂ ਇੱਕ ਕਈ ਵਾਰ ਮੁੱਦਾ ਆਮ ਹੀ ਗੱਲ ਕਰਦੇ ਹਾਂ ਕਿ ਐਜੂਕੇਸ਼ਨ ਨਾਲ ਹੀ ਹਟ ਜੂ, ਨਹੀਂ, ਜਿੰਨਾ ਚਿਰ ਅਸੀਂ ਉਸ ਸੋਸਾਇਟੀ ਨੂੰ ਉਸ ਸੱਭਿਆਚਾਰ ਨੂੰ ਚੇਂਜ ਨਹੀਂ ਕਰ ਦਿੰਦੇ, ਇੱਕ ਵਧੀਆ ਰਾਜਨੀਤੀ ਵੱਲ ਨਹੀਂ ਲੋਕ ਵੱਧਦੇ ਗਏ, ਜਿੰਨਾ ਚਿਰ ਵਧੀਆ ਰਾਜਨੀਤੀ ਦੀ ਸਮਝ ਨਹੀਂ ਆਉਂਦੀ ਉੱਨਾ ਚਿਰ ਅਸੀਂ ਇਸ ਚੀਜ਼ ਤੋਂ ਪਰੇ ਨਹੀਂ ਚੁਣੇ। ਜਦ ਤੱਕ ਲੋਕ ਇਹ ਨਹੀਂ ਸੋਚਦੇ ਕਿ ਅਸੀਂ ਕੁਛ ਕਰ ਸਕਦੇ ਹਾਂ, ਅਸੀਂ ਇਸ ਦੁਨੀਆ ਨੂੰ ਬਦਲ ਸਕਦੇ ਹਾਂ, ਜਦ ਤੱਕ ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਪੈਂਦੀ ਉਦੋਂ ਤੱਕ ਉਹਨਾਂ ਨੇ ਨਹੀਂ ਕਰਨਾ। ਹਾਂਜੀ, ਕਾਂਸ਼ੀ ਦੀ ਵੀ ਸਵਾਗਤ ਹੈ ਜੀ ਆਪ ਜੀ ਦਾ। ਹੈਲੋ ਭਗਵੰਤ ਸਿੰਘ। ਹਾਂਜੀ ਜੀ, ਆਇਆਂ ਨੂੰ ਮਹਾਰਾਜ। ਹਾਂ ਸੁਮਨ ਜੀ, ਜੀ ਆਇਆਂ ਨੂੰ। ਹਾਂਜੀ ਜੀ ਆਇਆਂ ਨੂੰ। ਵੈਸੇ ਤੇ ਯੂ ਨੋ ਪਹਿਲੇ ਕਾਲਰ ਨੇ ਬੜੇ ਅੱਛੇ ਤਰੀਕੇ ਨਾਲ, ਉਹਨਾਂ ਕੋਲ ਤਜਰਬਾ ਵੀ ਹੈਗਾ, ਇੰਡੀਆ ਵੀ ਜਾਂਦੇ ਆਉਂਦੇ ਰਹਿੰਦੇ ਆ। ਹਾਂਜੀ, ਦੇ ਹੈਵ ਅ ਬੈਟਰ ਪਲਸ ਦੈਨ ਮੀ। ਪਰ ਜਿਹੜੇ ਪਹਿਲਾਂ ਸਤਪਾਲ ਸਾਹਿਬ ਸੀ ਆਪਣੇ ਮਹੇਸ਼ ਸਾਹਿਬ ਤੋਂ ਪਹਿਲਾਂ, ਸੱਚ ਦੇ ਬਿਰਦੀ ਜੀ, ਉਹ ਹਮੇਸ਼ਾ ਹੀ ਇੱਕ ਗੱਲ ਬਹੁਤ ਅੱਛੀ ਮੈਨੂੰ ਕਹਿੰਦੇ, ਬਹੁਤ ਅੱਛੀ ਉਹ ਗੱਲ ਕਹਿੰਦੇ ਆ। ਹਾਂਜੀ, ਵੀ ਜਿੰਨਾ ਚਿਰ ਅਸੀਂ ਵਕਤ ਦੇ ਹਾਣੀ ਨਹੀਂ ਨਾ ਬਣਦੇ, ਉਹਨਾਂ ਚੱਕ ਸਾਡਾ ਕੋਈ ਹੱਲ ਨਹੀਂ ਹੈਗਾ। ਸਹੀ ਗੱਲ ਆ। ਹਾਂਜੀ, ਅਸੀਂ ਹਰ ਫੀਲਡ ਦੇ ਵਿੱਚ ਧਾਰਮਿਕ ਤੌਰ 'ਤੇ, ਸੋਸ਼ਲ ਤੌਰ 'ਤੇ, ਪੋਲੀਟੀਕਲ ਤੌਰ 'ਤੇ, ਮਾਇੰਡਸੈਟ ਤੌਰ 'ਤੇ, ਜਿੰਨਾ ਚਿਰ ਅਸੀਂ 21st century ਦੇ ਕਾਬਲ ਨਹੀਂ ਨਾ ਬਣਦੇ, ਹਾਂਜੀ, ਉਹਨਾਂ ਚੱਕ ਭਾਵਾਂ ਉੱਥੇ ਕਿਹੜੀ ਮਰਜ਼ੀ ਗੌਰਮੈਂਟ ਆ ਜਾਏ, ਜਿਹੜਾ ਮਰਜ਼ੀ ਆ ਜਾਏ, ਉੱਥੇ ਹੱਲ ਨਹੀਂ ਹੋਣਾ। ਇਸ ਵੇਲੇ ਜਿਹੜਾ ਹੁਕਮਰਾਨ ਆ ਉਹ ਬਹੁਤ ਪਾਵਰਫੁੱਲ ਹੈ, ਉਹਨੇ ਜਿੰਨੇ ਵੀ ਇੰਸਟੀਟਿਊਸ਼ਨਸ ਹੈਗੇ ਆ ਜਿਹੜੀ ਕੰਟਰੋਲ ਕਰਦੇ ਆ, ਸਿਸਟਮ ਨੂੰ ਐਡਮਿਨਿਸਟਰ ਕਰਦੇ ਆ, ਉਹ ਤੇ ਉਹਦਾ ਇੰਨਾ ਗਲਬਾ ਪੈ ਚੁੱਕਾ ਵੀ ਮਤਲਬ ਉਹ ਵਿਚਾਰੇ ਡਰਦੇ, ਉਹੀ ਕੁਛ ਕਰ ਰਹੇ ਆ ਜੋ ਕੁਛ ਉਹਨਾਂ ਨੂੰ ਉੱਪਰੋਂ ਆਰਡਰ ਆ ਰਿਹਾ ਕਿਹਾ ਜਾਂਦਾ। ਹਾਂਜੀ, ਪਰ ਮੈਂ ਇਹ ਗੱਲ ਜ਼ਰੂਰ ਸੋਚਦਾ ਭਗਵੰਤ ਸਿੰਘ, ਮੈਂ ਤੇ ਜੋ ਬਾਹਰੋਂ ਨਿਊਜ਼ ਆਉਂਦੀ ਆ ਜਾਂ ਯੂਟਿਊਬ 'ਤੇ ਜਿਹੜੀਆਂ ਵੀਡੀਓਜ਼ ਆਉਂਦੀਆਂ, ਜਿਹੜੇ ਜਿਹੜੇ ਮਤਲਬ ਜਿਹੜੇ ਨਿਊਟਰਲ ਹੈ, ਜਿਹੜੇ ਦੇਸ਼ ਦਾ ਕੁਛ ਬਣਾਉਣਾ ਚਾਹੁੰਦੇ ਆ, ਜਿਹੜੇ ਗੋਦੀ ਮੀਡੀਆ ਨਾਲ ਬਿਲੋਂਗ ਨਹੀਂ ਕਰਦੇ, ਮੈਂ ਉਹਨਾਂ ਨੂੰ ਵਾਚ ਕਰਦਾ। ਮੈਂ ਉੱਥੋਂ ਮੈਂ ਕਹਿ ਸਕਦਾ ਕਿ ਐਡੀ ਐਸੀ ਉਹ ਗੱਲ ਨਹੀਂ ਹੈਗੀ ਕਿ ਅੱਜ ਦੁਨੀਆ ਜਾਗਰਤ ਨਹੀਂ ਹੈਗੀ। ਯੂਨੋ, ਜਦ ਤੁਸੀਂ ਮਤਲਬ ਯੂਨੋ ਕਾਂਗਰਸ ਦੇ ਕਿਸੇ ਲੀਡਰ ਦੀ, ਤੁਸੀਂ ਜਿੱਦਾਂ ਰਾਹੁਲ ਗਾਂਧੀ ਉਹਦੀ ਸਿਸਟਰ ਹੈ, ਹੋਰ ਹੈ, ਜਦ ਤੁਸੀਂ ਉਹਦੀਆਂ ਫੰਕਸ਼ਨਸ ਦੇਖਦੇ ਆ, ਮਿਲੀਅਨਸ ਲੋਕੀ ਆਉਂਦੇ ਆ, ਬੜੇ ਜੋਸ਼ ਨਾਲ ਆ ਰਹੇ ਆ, ਲੇਕਿਨ ਫਿਰ ਤੁਹਾਨੂੰ ਲੱਗਦਾ ਕਿ ਚੇਂਜ ਆਏਗੀ, ਦੁਨੀਆ ਉੱਠ ਰਹੀ ਆ, ਉਹ ਗੱਲ ਨਹੀਂ ਹੈਗੀ ਜਿੰਨੀ ਆਪਾਂ ਸੋਚ ਰਹੇ ਹਾਂ। ਸਮਝੀ ਨਾ, ਜਿਹੜੀ ਚੇਂਜ ਆ, ਜੇ ਅਸੀਂ ਰਾਈਟ ਕਿਸਮ ਦੇ ਉੱਥੇ ਪੋਲੀਟੀਸ਼ੀਅਨ ਗੌਰਮੈਂਟ ਬਣਾਵਾਂਗੇ, ਪਹਿਲੀ ਗੱਲ ਤਾਂ ਪੜ੍ਹੇ ਲਿਖੇ ਲੋਕ ਜਿਹੜੇ ਸਮਝਦੇ ਹੋਣ, ਜਿਹੜੇ ਪਾਰਲੀਮੈਂਟ ਜਾ ਕੇ ਆਪਣੀ ਗੱਲ ਰੱਖਦੇ ਹੋਣ, ਭਾਵਾਂ ਮਿਨੋਰਟੀ 'ਚ ਵੀ ਕਿਉਂ ਨਾ ਹੋਣ, ਜਿੰਨਾ ਚੱਕ ਅਸੀਂ ਕਾਬਲ ਆਦਮੀ ਪਾਰਲੀਮੈਂਟ 'ਚ ਨਹੀਂ ਭੇਜਦੇ, ਉੱਥੇ ਗੂੰਗੇ ਹੀ ਭੇਜਣੇ ਆ, ਚੁੱਪੜ ਕੇ ਗਏ, ਚਾਹ ਪਾਣੀ ਪੀਤਾ ਆ ਗਏ, ਉਹਨਾਂ ਚੱਕ ਉਹ ਉਸ ਕਮਿਊਨਿਟੀ ਦਾ ਜਿੱਥੋਂ ਉਹ ਗਏ ਆ ਉਹਦਾ ਕੁਛ ਨਹੀਂ ਉਹ ਸਵਾਰ ਸਕਦੇ। ਮੇਰਾ ਆਪਣਾ ਬਲੀਫ ਹੈ, ਮੈਂ ਕਿਸੇ ਮੈਂ ਮੇਰੇ ਸਾਰੀ ਉਮਰ ਇੱਥੇ ਲੰਘੀ ਹੈ, ਮੈਂ ਕਿਸੇ ਪਾਰਟੀ ਨਾਲ ਨਹੀਂ ਹੈਗਾ, ਪਰ ਮੇਰਾ ਆਪਣਾ ਵਿਚਾਰ ਹੈ ਕਿ ਇੰਡੀਆ ਦਾ ਸੋਲਿਊਸ਼ਨ ਜਿਹੜਾ ਹੈਗਾ, ਪਹਿਲਾਂ ਭਗਵੰਤ ਸਿੰਘ ਜਦੋਂ ਸਾਡਾ ਟਾਈਮ ਸੀ ਉਦੋਂ ਕਮਿਊਨਿਜ਼ਮ ਸੀ ਤੇ ਜਾਂ ਕਾਂਗਰਸ ਸੀਗੀ, ਉਹ ਕਾਂਗਰਸ ਨੂੰ ਮਤਲਬ ਜਿਹੜੀ ਕਮਿਊਨਿਸਟ ਸੀ ਉਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਬਹੁਤ ਮਤਲਬ ਉਹਨਾਂ ਦੀ ਭੰਡੀ ਕਰਕੇ ਕਿ ਕੌਮ ਦਾ ਨਸ਼ ਕਰਨ ਵਾਲੇ ਲੋਕ ਆ, ਉਹਨਾਂ ਨੂੰ ਖਤਮ ਕਰ ਦਿੱਤਾ। ਲੇਕਿਨ ਅੱਜ ਜਿਹੜੀ ਜਨਤਾ ਆ, ਜਿਹੜੀ ਕਾਂਗਰਸ ਪਾਰਟੀ ਆ ਭਗਵੰਤ ਸਿੰਘ, ਉਹ ਪੁਰਾਣੀ ਨਹੀਂ ਹੈਗੀ ਲੱਗੀ ਨਾ, ਪਰ ਇਹ ਵੀ ਨਾਲ ਸਾਨੂੰ ਭੁੱਲਣਾ ਨਹੀਂ ਚਾਹੀਦਾ, ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਜੋ ਵੀ ਉਸ ਟਾਈਮ ਤੇ ਸੀਗੇ, ਉਹਨਾਂ ਦਾ ਕੀਤਾ ਵੀ ਅਸੀਂ ਦੇ ਨਹੀਂ ਸਕਦੇ, ਉਹ ਦੇਸ਼ ਨੂੰ ਜਿੱਤੋਂ ਲੀਹਾਂ ਤੇ ਤੋਰਿਆ ਸੀਗਾ, ਪਰ ਉਹਨਾਂ ਨੇ ਸਦਾ ਨਹੀਂ ਬੈਠੇ ਰਹੇ, ਲੇਕਿਨ ਜਿਹੜੇ ਉਹਨਾਂ ਦੇ ਬਾਪ ਜਿਹਨਾਂ ਨੇ ਉਹਨੂੰ ਟੇਕ ਓਵਰ ਕੀਤਾ, ਉਹਨਾਂ ਨੇ ਆਪਣੀ ਰਿਸਪੋਂਸੀਬਿਲਟੀ ਨਹੀਂ ਸਮਝੀ, ਉਹਨਾਂ ਦੇ ਉਸ ਮਿਸ਼ਨ ਨੂੰ, ਉਹਨਾਂ ਨੇ ਉਸ ਕਾਰਵਾਂ ਨੂੰ,
ਉੱਥੋਂ ਪਿੱਛੇ ਨੂੰ ਤੱਕ ਤਾਂ ਅੱਗੇ ਨਹੀਂ ਲੈ ਕੇ ਗਏ। ਪਰ ਮੈਂ ਜਿੱਥੋਂ ਤੱਕ ਮੇਰਾ ਆਪਣਾ ਵਿਚਾਰ ਜੋ ਮੈਂ ਵਾਚ ਕਰਦਾ, ਹੋ ਸਕਦਾ ਮਾਈਟ ਬੀ ਰੋਂਗ, ਪਰ ਮੇਰਾ ਖਿਆਲ ਹੈ ਕਿ ਇੰਡੀਆ ਵਿੱਚ ਚੇਂਜ ਆਏਗੀ ਔਰ ਬਹੁਤ ਰੈਪਿਡ ਆਏਗੀ। ਜਿਹੜੇ ਅੱਜ ਦੇ ਨਾ ਜੋ ਅੱਜ ਦੀ ਜੋ ਜਿਹੜੀ ਗੌਰਮੈਂਟ ਹੈ ਨਾ ਪ੍ਰਭੰਤ ਸਿੰਘ, ਇਹ ਤਾਂ ਟੋਟਲੀ ਈਵਲ ਹੈ, ਗੁੰਡੇ ਆ, ਇਦੋਂ ਉੱਤੇ ਕੁਛ ਨਹੀਂ। ਇਹ ਸਦਾ ਇਹ ਗੁੰਡੇ ਹਿੰਦੁਸਤਾਨ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ। ਮੈਂ ਲੋਕਾਂ 'ਚ ਜੋਸ਼ ਦੇਖਦਾ, ਔਰਤਾਂ 'ਚ ਜੋਸ਼ ਦੇਖਦਾ, ਮਤਲਬ ਜਿਹਨੂੰ ਡਿਟਰਮੀਨੇਸ਼ਨ ਦੇਖਦਾ, ਦੇ ਵਿਲ ਡੂ ਸਮਥਿੰਗ। ਆਮ ਵੀ ਰੋਂਗ, ਪਰ ਇਹ 70 ਸਾਲ ਦੀ ਗੱਲ ਹੈ, ਬੱਚੇ ਹੁਣ ਇੰਨੇ ਨਿਆਣੇ ਨੇਗੇ ਜਿੰਨੇ ਅਸੀਂ ਸਮਝਦੇ ਹਾਂ। ਸੋ ਆਈ ਓਨਲੀ ਵਿਸ਼, ਆਈ ਹੋਪ ਦ ਰਿਜ਼ਲਟਸ ਆਰ ਵੈਰੀ ਗੁੱਡ, ਆ ਜਿਹੜੀ ਫਾਸਟੈਸਟ ਈਵਲ ਗੋ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਥੈਂਕ ਯੂ ਦੋਸਤੋ। ਕਾਂਸ਼ੀ ਟੀ ਵੀ 'ਤੇ ਸਾਡੇ ਜਿਹੜੇ ਸਾਡੇ ਬੁਲਾਰੇ ਆਉਂਦੇ ਆ, ਅਸੀਂ ਪ੍ਰਜੈਂਟਰ ਹੈਗੇ ਹਾਂ, ਅਤੇ ਉਹਨਾਂ ਦਾ ਜਿਹੜੇ ਆਪਣੇ ਵਿਚਾਰ ਨੇ, ਅਤੇ ਉਹਨਾਂ ਦਾ ਕਾਂਸ਼ੀ ਟੀ ਵੀ ਦੇ ਨਾਲ ਕੋਈ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਜ਼ਰੂਰੀ ਨਹੀਂ ਆ। ਕਿਸੇ ਦੀ ਸ਼ਾਨ ਦੇ ਖਿਲਾਫ਼, ਕਿਸੇ ਪਾਰਟੀ ਦੀ ਸ਼ਾਨ ਦੇ ਖਿਲਾਫ਼ ਕੋਈ ਲਫ਼ਜ਼ ਸਾਡੇ ਤੋਂ ਕਹਿ ਹੋਣ, ਅਸੀਂ ਗੁਸਤਾਖੀ ਦੇ ਜਾਚਕ ਹਾਂ। ਆਪਣੇ ਜਨਕ ਜੀ, ਜਿਸ ਤਰ੍ਹਾਂ ਇਹਨਾਂ ਨੇ, ਖਾਸ ਕਰਕੇ ਮੈਂ ਗੱਲ ਕਰਾਂਗਾ ਕਿ ਆਪ ਪਾਰਟੀ ਦੇ ਕਈ ਬੰਦੇ ਇਹਨਾਂ ਨੇ ਜਿਹੜੇ ਮਿਨਿਸਟਰ ਨੇ ਜਾਂ ਐਮ ਪੀ ਨੇ ਫੜ ਕੇ ਜੇਲ੍ਹਾਂ 'ਚ ਦੇ ਦਿੱਤੇ ਆ, ਮੀਡੀਆ ਦੇ ਉੱਤੇ ਪੂਰਾ ਕੰਟਰੋਲ ਕੀਤਾ ਪਿਆ ਆ ਸਰਕਾਰ ਨੇ, ਕੀ ਇਹਨੂੰ ਡੈਮੋਕ੍ਰੇਸੀ ਕਿਹਾ ਜਾ ਸਕਦਾ? ਭਗਵੰਤ ਮਾਨ ਜੀ, ਜਿਸ ਤਰ੍ਹਾਂ ਕਿ ਹੁਣ ਆਪਣੇ ਪਹਿਲੇ ਹੀ ਹੁਣੇ ਬੁਲਾਰੇ ਬੋਲ ਕੇ ਗਏ, ਉਹਨਾਂ ਬਿਲਕੁਲ ਕਲੀਅਰ ਕਰਤਾ ਵੀ ਜਿਹੜੀ ਇਹ ਗਵਰਨਮੈਂਟ ਆ, ਇਹ ਤਾਨਾਸ਼ਾਹੀ ਗਵਰਨਮੈਂਟ ਆ, ਔਰ ਹਰ ਚੀਜ਼ ਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ। ਹੁਣ ਤੁਸੀਂ ਦੱਸੋ ਵੀ ਜਿੰਨੇ ਵੀ ਬੰਦੇ ਇਹਨਾਂ ਨੇ ਅੰਦਰ ਦਿੱਤੇ ਆ, ਉਹ ਸਾਰੇ ਓਪੋਜੀਸ਼ਨ ਦੇ ਆ। ਹਾਂਜੀ, ਕੋਈ ਇਹਨਾਂ ਦਾ ਆਪਣੇ ਐਮ ਪੀ ਸਾਰੇ, ਕੋਈ ਐਮ ਪੀ ਜਿਹੜਾ ਕਿ ਬਿਲਕੁਲ ਤੁਹਾਨੂੰ ਸਾਹਮਣੇ ਕਲੀਅਰ ਕੱਟ ਸਾਹਮਣੇ ਆ ਰਹੇ, ਜਿਸ ਤਰ੍ਹਾਂ ਕਿ ਹੁਣ ਲੇਟੈਸਟ ਕੇਸ ਆਇਆ ਕਤਲ ਕਤਲਾਂ ਦੇ ਕੇਸ ਚੱਲਦੇ ਪਏ, ਉਹਨਾਂ ਬਾਰੇ ਕੋਈ ਗੱਲ ਨਹੀਂ, ਕੋਈ ਕੁਛ ਨਹੀਂ। ਲੇਕਿਨ ਓਪੋਜੀਸ਼ਨ ਜਿਹੜੀ ਵੀ ਮਾਂਡੀ ਦੀ ਗੱਲ ਹੁੰਦੀ, ਉਸੇ ਵੇਲੇ ਉਹ ਉਹਨਾਂ ਨੂੰ ਕਰਕੇ, ਜਿਸ ਤਰ੍ਹਾਂ ਕਿ ਹੁਣ ਦੇਖੋ ਇੱਕ ਰੌਲਾ ਪਿਆ ਲੇਡੀ ਦਾ, ਆਪਣੇ ਰਾਜ ਸਭਾ ਮੈਂਬਰ ਦਾ, ਸਵਾਤੀ ਕੀ ਮਾਲੀਵਾਲ ਦਾ, ਦੇਖੋ ਐਡੀ ਵੱਡੀ ਲੇਡੀ ਹੋਣ ਦੇ ਬਾਵਜੂਦ ਉਹ ਕਹੇ ਵੀ ਮੈਨੂੰ ਅੰਦਰ ਜਾ ਕੇ ਉਹਨੇ ਧੱਕੇ ਮਾਰੇ ਜਾਂ ਕੁਛ, ਉਸ ਵੇਲੇ ਕਿਉਂ ਨਹੀਂ ਬੋਲ ਸਕੀ ਉਹ, ਉਸ ਵੇਲੇ ਕਿਉਂਕਿ ਪ੍ਰੋਬਲਮ ਆ, ਦੋ ਤਿੰਨ ਦਿਨ ਬਾਅਦ ਜਾ ਕੇ ਰੌਲਾ ਪਾਉਂਦੀ ਹੈ ਤਾਂ ਫਿਰ ਉਹ ਦੂਈ ਪਾਰਟੀ ਵਾਲੇ ਸਾਰਾ ਚੱਕ ਕੇ ਗਾਹਾਂ ਉੱਤੇ ਕੇਸ ਕਢਾਉਂਦੇ ਆ, ਕਿਉਂਕਿ ਉਹ ਕਿਉਂ ਹੁੰਦਾ, ਕਿਉਂ ਸਿਰਫ ਉਹਨਾਂ ਨੂੰ ਮੌਕਾ ਮਿਲ ਗਿਆ। ਪਹਿਲੀ ਗੱਲ ਤਾਂ ਵੀ ਐਡੇ ਵੱਡੇ ਬੰਦੇ ਨੂੰ ਜਿਹੜਾ ਉਹਦਾ ਪੀਏ ਆ, ਉਹਦੇ ਕੋਈ ਇੰਨੀ ਹਿੰਮਤ ਨਹੀਂ ਹੋ ਸਕਦੀ ਉਹ ਲੜਕੀ ਨੂੰ ਜਾਂ ਲੇਡੀ ਨੂੰ ਕਿਸੇ ਹੱਥ ਚੱਕ ਲਵੇ। ਉਹ ਸਰਵੇ ਬਣਾਇਆ ਗਿਆ ਹੈ ਪ੍ਰਾਪੋਗੰਡਾ ਕਰਨ ਲਈ, ਇਲੈਕਸ਼ਨ ਦੇ ਵਿੱਚ ਇੱਕ ਮੋਟੋ ਲੈ ਆਉਂਦਾ ਉਹਨਾਂ ਨੇ। ਦੂਜੀ ਗੱਲ ਹੈਗੀ ਆ, ਜਿਸ ਤਰ੍ਹਾਂ ਵੀ ਬੋਲ ਕੇ ਗਿਆ ਪਹਿਲੇ ਬੁਲਾਰੇ, ਵੀ ਕਿਸੇ ਵੀ ਗੌਰਮੈਂਟ ਦਾ ਕੰਮ ਇਹ ਹੁੰਦਾ ਵੀ ਜਿਹੜੀ ਪਹਿਲਾਂ ਕੰਮ ਹੋ ਚੁੱਕਾ ਉਹਨੂੰ ਫੋਲੋ ਕਰਨਾ, ਅਗਰ ਉਹਨੂੰ ਫੋਲੋ ਕਰੋਗੇ ਤਾਂ ਇੰਪਰੂਵਮੈਂਟ ਹੋ ਸਕਦੀ ਆ, ਜੇਕਰ ਉਹਨੂੰ ਫੋਲੋ ਨਹੀਂ ਕਰਨਾ ਉਹਨੂੰ ਢਾ ਦੇਣਾ ਤਾਂ ਨਵੇਂ ਬਣਾਉਣੇ ਆ, ਉਹ ਗੱਲ ਨਹੀਂ ਬਣਦੀ, ਉਹ ਤਾਂ ਬੈਕ ਟੂ ਨੋਰਮਲ ਜਿੱਦਾਂ ਸਕਰੈਚ ਹੋ ਜਾਂਦਾ। ਜਿੱਦਾਂ ਕਾਂਗਰਸ ਨੇ ਕੰਮ ਕੀਤੇ ਆ, ਜਿਸ ਵੇਲੇ ਕੰਟਰੀ ਕੋਲ ਕੁਛ ਹੈ ਨਹੀਂ ਸੀ, ਇਕਦਮ ਆਜ਼ਾਦੀ ਤੋਂ ਬਾਅਦ ਦੋ ਤਿੰਨ ਲੜਾਈਆਂ ਲੱਗ ਗਈਆਂ, ਉਹਦੇ ਨਾਲ ਨੁਕਸਾਨ ਕਾਫੀ ਹੋਇਆ, ਲੇਕਿਨ ਉਹਨਾਂ ਨੇ ਆਪਣੇ ਵਧੀਆ ਕੰਮ ਦੇ ਨਾਲ ਗੌਰਮੈਂਟ ਚਲਾਇਆ, ਚਲਾ ਕੇ ਇਨ ਕੰਟਰੀ ਨੂੰ ਉੱਪਰ ਲਿਆਂਦਾ, ਕਿੰਨੀਆਂ ਚੀਜ਼ਾਂ ਉਹਨੇ ਬਣਾਈਆਂ। ਲੇਕਿਨ ਅੱਜ ਦੀ ਗੌਰਮੈਂਟ ਜਿਹੜੀ ਆ 10 ਸਾਲ ਤੋਂ 15 ਸਾਲ ਰੌਲਾ ਪਾ ਰਹੀ ਆ, ਵੀ 70 ਸਾਲ ਕੁਛ ਨਹੀਂ ਹੋਇਆ, ਇਹਨਾਂ ਦੇ ਵੀ ਉਹੀ ਸਾਲ ਵਿੱਚ ਗਿਣੇ ਜਾਂਦੇ ਆ, ਇਹਨਾਂ ਦੀ ਆਪਣੀ ਉਪਲਬਧੀਆਂ ਗਿਣ ਲਓ ਤਾਂ ਤੁਸੀਂ ਆਟੋਮੈਟਿਕ, ਤੁਹਾਨੂੰ ਜਿਹੜਾ ਪੜ੍ਹਿਆ ਲਿਖਿਆ ਬੰਦਾ ਉਹਨੂੰ ਪਤਾ ਲੱਗ ਜਾਵੇ ਇਹ ਗੌਰਮੈਂਟ ਕੀ ਕੰਮ ਆ ਕੀ ਨਹੀਂ ਹੈਗੇ। ਬਾਕੀ ਇਹ ਜਿਹੜਾ ਇਸ ਵੇਲੇ ਚੱਲ ਰਿਹਾ ਉਹ ਸਿਰਫ ਇੱਕ ਤਰ੍ਹਾਂ ਦਾ, ਉਹਨੂੰ ਕੀ ਪੋਲੋਰਾਈਜੇਸ਼ਨ ਹੋ ਰਹੀ ਆ ਧਰਮ ਦੀ, ਬਸ ਹੋਰ ਕੁਛ ਨਹੀਂ ਹੋ ਰਿਹਾ ਇਸ ਵੇਲੇ। ਮੈਂ ਤਾਂ ਇਹੀ ਕਹੂੰਗਾ ਵੀ ਇਸ ਚੀਜ਼ ਤੋਂ ਬਚਣ ਲਈ ਜੋ ਵੀ ਇਸ ਵੇਲੇ ਵੋਟਰ ਹੈਗੇ ਆ, ਉਹ ਆਪਣੀ ਵੋਟ ਨੂੰ ਸੋਚ ਸਮਝ ਕੇ ਪਾਉਣ ਔਰ ਪੂਰੀ ਤਰ੍ਹਾਂ ਉਹਦਾ ਯੂਟੀਲਾਈਜ਼ ਕਰਨ, ਨਾ ਕਿ ਜਿਸ ਤਰ੍ਹਾਂ ਕਿ 59% ਇਲੈਕਸ਼ਨ ਲੋ ਕਾਸਟ ਲੋ ਹੋਈ ਆ, ਕਾਊਂਟਿੰਗ ਬਹੁਤ ਘੱਟ ਆ, ਇਹਦੇ ਵਿੱਚੋਂ ਫਾਇਦਾ ਕਿਹਨੂੰ ਹੋਣਾ, ਜਿਹੜੀ ਪਾਵਰ ਵਿੱਚ ਪਾਰਟੀ ਉਹਨੂੰ ਫਾਇਦਾ ਹੋਣਾ, ਕਿਉਂਕਿ ਵੋਟਾਂ ਉਹਨਾਂ ਜ਼ਿਆਦਾ ਨਿਕਲਣੀਆਂ ਹੈਗੀਆਂ। ਇਸ ਕਰਕੇ ਜਿਹੜੀ ਜਿੰਨੀ ਘੱਟ ਵੋਟ ਹੋਊਗੀ ਉਹਨਾਂ ਜਿਹੜੀ ਪ੍ਰੈਜੈਂਟ ਗੌਰਮੈਂਟ ਹੁੰਦੀ ਆ ਉਹਨੂੰ ਬੈਨੀਫਿਟ ਹੁੰਦਾ ਹੈਗਾ। ਥੈਂਕ ਯੂ ਤੁਹਾਡਾ। ਹਾਂਜੀ, ਇੱਕ ਕਾਲ ਲੈ ਲੈਂਦੇ ਹਾਂ, ਥੋੜ੍ਹਾ ਟਾਈਮ। ਹਾਂਜੀ, ਕਾਂਸ਼ੀ ਟੀ ਵੀ ਦਾ ਸਵਾਗਤ ਹੈ ਜੀ ਆਪਦਾ।
ਹਾਂਜੀ ਜਗਤ ਜੀ, ਮੈਂ ਦੁਬਾਰਾ ਆ ਰਿਹਾ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ। ਹਾਂਜੀ, ਜਿਹੜੇ ਕਾਲਰ ਆਏ ਆ ਤੁਸੀਂ ਸਾਰੀਆਂ ਗੱਲਾਂ ਬਹੁਤ ਵਧੀਆ ਕਰ ਰਹੇ ਥਿਓਰੈਟੀਕਲੀ। ਹਾਂਜੀ, ਟਾਈਮ ਥੋੜ੍ਹਾ ਆਪਣੇ ਕੋਲ, 3 ਮਿੰਟ ਰਹਿੰਦੇ ਆ ਸਾਰੇ। ਹਾਂਜੀ, ਮੈਂ ਇਸ ਵੇਲੇ ਥੋੜ੍ਹੀ ਜਿਹੀ ਗੱਲ ਕਰਨੀ ਹੈ। ਹਾਂਜੀ, ਮੈਂ ਕਨਫਰਮ ਹਾਂ ਇਸ ਗੱਲ ਦੇ ਉੱਤੇ, ਜਿਹਨਾਂ ਚਿਕਰ ਲੋਕ ਐਜੂਕੇਟਡ ਨਹੀਂ ਹੁੰਦੇ, ਜਿਹਨਾਂ ਚਿਕਰ ਲੋਕ ਫਾਈਨੈਂਸ਼ਲੀ ਇੰਡੀਪੈਂਡੈਂਟ ਨਹੀਂ ਹੁੰਦੇ, ਔਰ ਉਹਨਾਂ ਜੋ ਪਾਵਰ ਨਹੀਂ ਆ ਸਕਦੀ ਜਿਹੜੀ ਤੁਸੀਂ ਚਾਹੁੰਦੇ ਆ। ਧੰਨਵਾਦ, ਮਿਹਰਬਾਨੀ, ਥੈਂਕ ਯੂ ਜੀ। ਐਜੂਕੇਸ਼ਨ ਸਭ ਤੋਂ ਜ਼ਰੂਰੀ ਆ। ਹਾਂਜੀ ਜਸਵਿੰਦਰ ਜੀ, ਤੁਸੀਂ ਅਖੀਰ 'ਚ ਕੀ ਕਹਿਣਾ ਚਾਹੋ? ਟਾਈਮ ਥੋੜ੍ਹਾ ਮੈਂ ਕੀ ਗੱਲ ਕਹਿਣਾ ਚਾਹਾਂਗਾ, ਇੱਕ ਤਾਂ ਐਜੂਕੇਸ਼ਨ 'ਤੇ ਅਸੀਂ ਜ਼ੋਰ ਤਾਂ ਦੇ ਰਹੇ ਹਾਂ, ਪਰ ਜੋ ਸਾਡੇ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਨਾ, ਉਹ ਐਜੂਕੇਸ਼ਨ ਸਿਰਫ ਕਿਤਾਬੀ ਐਜੂਕੇਸ਼ਨ ਦੀ ਨਹੀਂ ਲੋੜ ਸਾਨੂੰ, ਸਾਨੂੰ ਦਿਮਾਗੀ ਐਜੂਕੇਸ਼ਨ ਦੀ ਬਹੁਤ ਲੋੜ ਆ। ਔਰ ਉਹਦੇ ਲਈ ਸਿਰਫ ਇਕੱਲੀਆਂ ਜਿਹੜੀਆਂ ਕੋਰਸ ਦੀਆਂ ਕਿਤਾਬਾਂ ਨੇ, ਜਿਨ੍ਹਾਂ ਦੇ ਵਿੱਚ ਸਾਨੂੰ ਸਿਰਫ ਇਤਿਹਾਸ ਹੀ ਪੜ੍ਹਾਇਆ ਜਾਂਦਾ ਹੋਵੇ, ਅੱਗੇ ਬਾਰੇ ਕੁਛ ਨਾ ਦੱਸਿਆ ਜਾਂਦਾ ਹੋਵੇ, ਐਜੂਕੇਸ਼ਨ ਨੂੰ ਵੀ ਬਹੁਤ ਹੀ ਅਸੀਂ ਕਹਿ ਦਿੰਦੇ ਹਾਂ ਕਿ ਐਜੂਕੇਸ਼ਨ ਸਿਰਫ ਸਕੂਲੀ ਐਜੂਕੇਸ਼ਨ ਨਹੀਂ, ਸਾਨੂੰ ਦਿਮਾਗੀ ਐਜੂਕੇਸ਼ਨ ਦੀ, ਜਿਹੜੀ ਆਪਣੇ ਤੌਰ 'ਤੇ ਰਾਜਨੀਤਿਕ ਐਜੂਕੇਸ਼ਨ ਦੀ ਬਹੁਤ ਲੋੜ ਆ, ਕਿ ਸਾਡੇ ਨਾਲ ਰਾਜਨੀਤਿਕ ਲੋਕ ਕੀ ਕਰ ਰਹੇ ਆ, ਕਿੱਦਾਂ ਕਰ ਰਹੇ ਆ। ਆ ਹੁਣ ਜੇ ਕਹੀਏ ਤਾਂ ਪਿੱਛੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਸ਼ਬਦ ਜਿਹਨੂੰ ਕਿ ਸਮਝਾਉਣ ਲਈ ਹਜ਼ਾਰਾਂ ਅਗਾਂਹਵਧੂ ਪਾਰਟੀਆਂ ਜ਼ੋਰ ਲਾ ਰਹੀਆਂ ਸੀ, ਉਹ ਸੀਗਾ ਕਾਰਪੋਰੇਟਰ ਸਿਸਟਮ, ਪਰ ਉਹ ਆਮ ਲੋਕਾਂ ਦੀ ਇੱਕਦਮ ਸਮਝ ਆ ਗਿਆ ਜਦੋਂ ਉਹ ਧਰਨੇ ਲੱਗੇ ਅਤੇ ਜਦੋਂ ਉਹ ਸਾਰਾ ਕੁਛ ਹੋਇਆ, ਕਿਉਂਕਿ ਉਹ ਇੱਕ ਐਜੂਕੇਸ਼ਨ ਸੀਗੀ ਕਿ ਲੋਕਾਂ ਨੂੰ ਇਹ ਪਤਾ ਲੱਗਿਆ ਆਪਾਂ ਅਡਵਾਨੀ ਕੌਣ ਆ ਅਤੇ ਫਲਾਨਾ ਕੌਣ ਆ, ਇੱਥੋਂ ਦੇ ਅਮੀਰ ਲੋਕ ਘਰਾਣੇ ਕਿੰਨੇ ਆ। ਇਸ ਇਲੈਕਸ਼ਨ ਦੇ ਵਿੱਚ ਜਦਕਿ ਕਾਂਗਰਸ ਨੇ ਕਦੇ ਇਹ ਮੁੱਦੇ ਨਹੀਂ ਸੀ ਉਠਾਏ, ਐਦਕਿ ਉਹਨਾਂ ਨੇ ਇਹ ਗੱਲ ਵੀ ਕਹੀ ਆ ਕਿ ਅਸੀਂ ਉਹ ਜਿਹੜਾ ਕਾਰਪੋਰੇਟ ਸਿਸਟਮ ਆ ਜਿਹੜੇ ਕਰੋੜਾਂ ਦੇ ਅਰਬਾਂ ਦੇ ਅਰਬਾਂ ਦੇ ਉਹਨਾਂ ਨੂੰ ਤੋੜਿਆ ਜਾਊਗਾ। ਅਤੇ ਇਸ ਤਰ੍ਹਾਂ ਹੋਰ ਵੀ ਕਈ ਮੁੱਦੇ ਆ ਜਿਹੜੇ ਐਕਸਚੇਂਜ ਹੋਈ ਆ, ਸਾਹਮਣੇ ਲਿਆ ਆਏ ਆ, ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਇੱਕ ਰਾਜਨੀਤਿਕ ਵਰਗੀਕਾ ਆਪਣਾ ਹੈਗਾ, ਸਾਰਾ ਅਗਾਂਹ ਵੱਧਦੇ ਅਸੀਂ, ਰਾਜਨੀਤਿਕ ਅਵੇਅਰਨੈਸ ਬਹੁਤ ਆਉਂਦੀ ਇਹਦੇ ਨਾਲ, ਔਰ ਇਹ ਜ਼ਰੂਰੀ ਆ ਸਾਨੂੰ। ਕਿਉਂਕਿ ਜੇ ਇਕੱਲਾ ਅਸੀਂ ਕਹੀਏ ਐਜੂਕੇਸ਼ਨ ਐਜੂਕੇਸ਼ਨ ਤਾਂ ਹੁਣ ਅਗਲੀ ਜਨਰੇਸ਼ਨ ਨੂੰ ਦੇ ਸਕਦੇ ਅਸੀਂ, ਪਿਛਲੀ ਨੂੰ ਤਾਂ ਦੇ ਨਹੀਂ ਸਕਦੇ। ਇਹਦੇ ਲਈ ਜ਼ਰੂਰੀ ਹੈ ਕਿ ਕੰਪੇਨਿੰਗ ਦੀ ਜ਼ਰੂਰਤ ਆ, ਅਤੇ ਜਿਹੜੇ ਘੱਟੋ ਘੱਟ ਅੱਜ ਕੱਲ੍ਹ ਜਿਵੇਂ ਅਵੇਅਰਨੈਸ ਲਈ ਕੋਈ ਵੱਡੀ ਪੱਧਰ 'ਤੇ ਸੋਸ਼ਲ ਜਿਹੜੀਆਂ ਹੈਗੀਆਂ, ਜਿਸ ਤਰ੍ਹਾਂ ਉਹ ਵੀ ਆਪਾਂ ਪ੍ਰੋਗਰਾਮ ਵੀ ਕਰ ਰਹੇ ਹਾਂ ਜਾਂ ਹੋਰ ਵੀ ਆ, ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਕਿਸਾਨ ਮੋਰਚੇ ਵਾਲਿਆਂ ਨੇ ਉੱਥੇ ਕਿਹਾ ਕਿ ਜੇ ਇਕੱਲਾ ਬੀਜੇਪੀ ਨੂੰ ਸਵਾਲ ਨਾ ਕਰੋ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਸਵਾਲ ਕਰੋ, ਕਿਉਂਕਿ ਸਾਡਾ ਫਰਜ਼ ਆ ਕਿ ਅਸੀਂ ਲੋਕਤੰਤਰ ਦੇ ਵਿੱਚ ਆ ਅਤੇ ਹਰ ਇੱਕ ਨੂੰ ਸਵਾਲ ਕਰੀਏ, ਜਿੰਨਾ ਚਿਰ ਅਸੀਂ ਸਵਾਲ ਨਹੀਂ ਕਰਨ ਲੱਗਦੇ ਉਨਾ ਚਿਰ ਸਾਨੂੰ ਕੁਛ ਨਹੀਂ ਪਤਾ ਲੱਗੂਗਾ ਰਾਜਨੀਤੀ ਬਾਰੇ। ਥੈਂਕ ਯੂ ਜਸਵਿੰਦਰ ਜੀ। ਆਪਣੇ ਜਨਕ ਜੀ, ਬਸ ਆਪਾਂ ਕੀ ਮਤਲਬ ਕਹਿਣ ਦਾ ਕੀ ਲੋਕਾਂ ਨੂੰ ਸੁਣਿਆ ਚਾਹੁੰਦਾ ਕਿ ਐਜੂਕੇਸ਼ਨ ਜ਼ਰੂਰੀ ਹੈ, ਲੋਕਾਂ ਨੂੰ ਕਿਹੜੀ ਕਿਸ ਤਰ੍ਹਾਂ ਦੀ ਐਜੂਕੇਸ਼ਨ ਜਾਂ ਅਵੇਅਰਨੈਸ ਕਿਹੜੀ ਚਾਹੀਦੀ ਆ, ਸੋਸ਼ਲ ਅਵੇਅਰਨੈਸ ਚਾਹੀਦੀ ਆ ਲੋਕਾਂ ਨੂੰ, ਅਤੇ ਜਾਂ ਜਿਹੜਾ ਤਾਂ ਅੰਧ ਵਿਸ਼ਵਾਸ ਦਾ ਸਾਡੇ ਦਿਮਾਗਾਂ 'ਚ ਬਿਠਾਇਆ ਕਿ ਜੋ ਕੁਛ ਹੋ ਰਿਹਾ ਠੀਕ ਹੋ ਰਿਹਾ, ਜਾਂ ਅਸੀਂ ਇਹ ਗੱਲ ਦਾ ਵਿਸ਼ਵਾਸ ਲੋਕਾਂ 'ਚ ਵਧਾਈਏ ਕਿ ਤੁਸੀਂ ਸਭ ਕੁਛ ਕਰ ਸਕਦੇ ਹੋ, ਤੁਹਾਡੇ ਹੱਥ ਤਾਕਤ ਹੈ। ਹਾਂਜੀ, ਆਪਣੇ ਮੈਂ ਮਾਫ਼ ਕਰਨਾ ਐਂਡ 'ਤੇ ਮੈਂ ਇਹੀ ਗੱਲ ਕਹੂੰਗਾ ਜੀ, ਧਰਮਚੰਦ ਮੇਹੀ ਉਹਨੇ ਕਿਹਾ ਵੀ 10 ਸਾਲ ਦੇ ਗੌਰਮੈਂਟ ਚੱਲਦੀ ਨੂੰ ਹੋ ਗਈ ਆਪ ਦੀ ਨੂੰ, ਵੀ ਕਿੰਨੇ ਸਟੈਟਿਸਟਿਕ ਆਏ ਪੜ੍ਹੇ ਲਿਖੇ, ਲੇਕਿਨ 10 ਸਾਲ ਦੇ ਵਿੱਚ ਜੇ ਪਹਿਲੀ ਤੋਂ ਪੜ੍ਹੋਗੇ 10ਵੀਂ ਤੱਕ ਜਾਊਗਾ ਜਾਂ 5ਵੀਂ ਵਾਲਾ, ਉਹ ਵੀ ਜਾ ਕੇ BA ਕਰ ਸਕਦਾ, ਲੇਕਿਨ ਉਹਦੇ ਸਟੈਟਿਸਟਿਕ ਧਰਮਚੰਦ ਜੇ ਹੈਗੇ ਆ ਉਹ ਹੋ ਸਕਦਾ ਤੁਹਾਨੂੰ ਅਸੀਂ ਦੇਵਾਂਗੇ। ਦੂਸਰੀ ਗੱਲ ਹੈਗੀ ਆ ਕਿ ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਨਾ ਧਰਮ ਜਿਹੜਾ ਉਹ ਜ਼ਿਆਦਾ ਹਾਵੀ ਆ, ਧਰਮ ਜ਼ਿਆਦਾ ਹਾਵੀ ਹੋਣ ਕਰਕੇ ਲੋਕਾਂ ਨੂੰ ਜਿਸ ਤਰ੍ਹਾਂ ਕਹਿੰਦੇ ਵੀ ਰੱਬ ਦੇ ਉੱਤੇ ਛੱਡਣ ਵਾਲੀ ਗੱਲ ਕੀਤੀ ਹੋਈ ਆ, ਉਹਦੇ ਕਰਕੇ ਹੀ ਇਹ ਜਿਹੜਾ ਦਿਮਾਗ ਆ ਲੋਕਾਂ ਦਾ ਉਹ ਇੰਨਾ ਖੁੱਲ੍ਹ ਨਹੀਂ ਰਿਹਾ ਕਿ ਜੇ ਤੁਸੀਂ ਕਹੋਗੇ ਧਰਮ ਨੇ ਸਭ ਕੁਛ ਕਰ ਦੇਣਾ, ਤੁਹਾਡੇ ਰੱਬ ਨੇ ਸਭ ਕੁਛ ਕਰ ਦੇਣਾ, ਉਹਦੇ ਉੱਤੇ ਯਕੀਨ ਕਰਨ ਨਾਲ ਲੋਕ ਜਿਹੜੇ ਸਾਡੇ ਜ਼ਿਆਦਾ ਹੈਗੇ ਆ ਪਿੱਛੇ, ਇਸੇ ਕਰਕੇ ਸਾਡੀ ਜਨਤਾ ਦੀ ਪਿੱਛੇ ਰਹਿ ਗਈ ਆ। ਐਜੂਕੇਸ਼ਨ ਆਏਗੀ ਤਾਂ ਉਹਨਾਂ ਨੂੰ ਧਰਮ ਬਾਰੇ ਪਤਾ ਲੱਗੂਗਾ, ਐਜੂਕੇਸ਼ਨ ਹੋਊਗੀ ਤਾਂ ਬੋਲਣ ਜੋਗੇ ਹੋਣਗੇ, ਐਜੂਕੇਸ਼ਨ ਹੋਊਗੀ ਤਾਂ ਉਹ ਗਾਹਾਂ ਕਿਤੇ ਸਵਾਲ ਕਰ ਸਕਣਗੇ, ਲੇਕਿਨ ਉਹ ਇਹ ਨਹੀਂ ਚਾਹੁੰਦੇ ਵੀ ਇਹ ਗੱਲ ਕੀਤੀ ਜਾਵੇ। ਹਾਂ, ਦੇਖੋ ਪੀਰੀਅਡ ਹੁੰਦੇ ਆ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਟਾਈਮ ਹੋ ਗਿਆ। ਹਾਂਜੀ, ਇਸ ਕਰਕੇ ਜਿਹੜੀ ਧਰਮ ਜਿਹੜਾ ਹੈਗਾ ਉਹ ਹਾਵੀ ਆ ਸਾਡੇ 'ਤੇ। ਮਿਹਰਬਾਨੀ, ਦੇਖੋ ਜੇ ਧਰਮ ਜੇ ਕਹਿੰਦੇ, ਬਹੁਤੇ ਲੋਕ ਕਹਿੰਦੇ ਧਰਮ ਮਾੜਾ ਨਹੀਂ ਹੁੰਦਾ, ਪਰ ਹਾਵੀ ਆ, ਛੋਟੀ ਜਾਤਾਂ ਜੰਮੇ ਆ ਉਹਨਾਂ ਨੂੰ ਪਤਾ ਕਿ ਹਿੰਦੂ ਧਰਮ ਦੀ ਜਿਹੜੀ ਜਾਤ ਦੀ
ਫਲੋਸਫੀ ਆ, ਕਿੰਨਾ ਨੁਕਸਾਨ ਸਾਡਾ ਕੀਤਾ, ਕਿੰਨੀ ਬੁਰਾਈ ਕੀਤੀ ਹੈ। ਗੱਲਾਂ ਕਰਦੇ ਬਹੁਤ ਸਾਰੀਆਂ ਗਲਤੀਆਂ ਹੋਣਗੀਆਂ, ਮਾਫੀ ਦੇ ਜਾ ਚੁੱਕਾ, ਪ੍ਰੋਗਰਾਮ ਖਤਮ ਕਰਦੇ ਹਾਂ, ਜ਼ਰੂਰ ਹਿੱਸਾ ਲਿਆ ਕਰੋ ਅਤੇ ਆਪਣੇ ਵਿਚਾਰ ਲੈ ਕੇ ਆਇਆ ਕਰੋ। ਸਭ ਨੂੰ ਜੈ ਗੁਰੂਦੇਵ, ਜੈ ਐਨ